Yeah.
ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਬੰਧਕ ਸੱਜਣਾਂ ਅਤੇ ਇੱਥੋਂ ਦੀਆਂ ਸੰਗਤਾਂ ਔਰ ਸਾਰੀ ਸੇਵਾ ਕਰਨ ਵਾਲੇ ਜਿੰਨੇ ਵੀ ਇੱਥੇ ਸੱਜਣ ਹਨ, ਉਹਨਾਂ ਸਭ ਵੱਲੋਂ ਬੜੇ ਪਿਆਰ ਨਾਲ ਉਲੀਕਿਆ ਗਿਆ ਪ੍ਰੋਗਰਾਮ, ਜਿਸ ਵਿੱਚ ਸਾਨੂੰ ਬਾਣੀ ਦੀ ਵਿਚਾਰ ਦੀ ਸੇਵਾ ਵਾਸਤੇ ਸੱਦਿਆ ਜਾਂਦਾ, ਜਿਸ ਪਿਆਰ ਦਾ ਸਦਕਾ ਸੱਦਿਆ ਜਾਂਦਾ ਉਸਨੂੰ ਅਸੀਂ ਕਹਿੰਦੇ ਹਾਂ ਗੁਰਬਾਣੀ, ਗੁਰਬਾਣੀ ਵਿਚਾਰ। ਇਹ ਗੁਰਬਾਣੀ ਹੀ ਹੈ ਜਿਸ ਦਾ ਸਦਕਾ ਸਾਨੂੰ ਇਸ ਸੰਗਤਾਂ ਦਾ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਅਤੇ ਗੁਰਬਾਣੀ ਦੀ ਇਸ ਵਿਚਾਰ ਦੇ ਪ੍ਰੋਗਰਾਮ ਵਿੱਚ ਅਸੀਂ ਸਾਂਝ ਕਰਦੇ ਹਾਂ ਕਿ ਅਸੀਂ ਪਹਿਲਾਂ ਇੱਕ ਸ਼ਬਦ ਗਾਇਨ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਉਸਦੀ ਵਿਚਾਰ ਨੂੰ ਆਪਣੇ ਜੀਵਨ 'ਤੇ ਟੁਕਾਉਣ ਵਾਸਤੇ ਸਮਝਣ ਦਾ ਯਤਨ ਕਰਦੇ ਹਾਂ। ਸਾਡਾ ਇਸ ਵਾਰੀ 2 ਦਿਨ ਦਾ ਇਹ ਵਾਲਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਸਾਡਾ ਆਨੰਦ ਕਾਰਜ ਰੱਬ ਜੀ ਨਾਲ, ਮੀਨਸ ਮਨੁਸ਼ ਕਾ ਈਸ਼ਵਰ ਸੇ ਵਿਵਾਹ, ਮੀਨਸ ਵਨਨੈਸ ਵਿਦ ਗੋਡ, ਹਾਓ ਵੀ ਮੈਰੀ ਟੂ ਦਾ ਗੋਡ, ਅਸੀਂ ਇਹ ਸਿੱਖਦੇ ਹਾਂ। ਸਰੀਰਕ ਤੌਰ 'ਤੇ ਕਿਸੇ ਇਨਸਾਨ ਦਾ ਆਪਣੀ ਜ਼ਿੰਦਗੀ 'ਚ ਵਿਆਹ ਹੋਏ ਨਾ ਹੋਏ, ਲੇਕਿਨ ਅਸੀਂ ਆਤਮਕ ਤੌਰ 'ਤੇ ਹਰ ਕੋਈ ਮਨੁੱਖ ਕਿਸੇ ਵੀ ਜੈਂਡਰ ਵਾਲਾ, ਕਿਸੇ ਵੀ ਉਮਰ ਵਾਲਾ ਰੱਬ ਜੀ ਨਾਲ ਇੱਕਮਿਕਤਾ ਪਿਆਰ ਕਰ ਸਕਦਾ। ਉਸਨੂੰ ਕਹਿੰਦੇ ਨੇ ਸਭ ਨਾ ਸੌ ਰਹਿ ਵੰਜਣਾ ਸਭ ਮੁਕਲਾਵਣ ਹਾਰ। ਸੋ ਅਸੀਂ ਸਾਰੇ ਰੱਬ ਜੀ ਨਾਲ ਇੱਕਮਿਕਤਾ ਵਾਲਾ ਆਨੰਦ ਕਾਰਜ ਪ੍ਰਾਪਤ ਕਰ ਸਕਦੇ ਹਾਂ। ਉਹਦੇ ਵਾਸਤੇ ਕੱਲ੍ਹ ਅਸੀਂ ਕਬੀਰ ਸਾਹਿਬ ਦਾ ਸ਼ਬਦ ਪੜ੍ਹਿਆ ਸੀ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਕਬੀਰ ਸਾਹਿਬ ਉਸ ਅਵਸਥਾ ਦੀ ਗੱਲ ਕਰ ਰਹੇ ਨੇ ਜਿਸ ਵਿੱਚ ਮਿਲਾਪ ਹੋ ਗਿਆ ਹੈ ਔਰ ਲਗਾਤਾਰ ਫੇਰੇ ਲੈਣ ਵਾਲੀ ਅਵਸਥਾ, ਲਗਾਤਾਰ ਰੱਬ ਨਾਲ ਇੱਕਮਿਕ ਸੁਹਾਗਨ ਬਣਨ ਵਾਲੀ ਅਵਸਥਾ ਅਸੀਂ ਸਾਂਝ ਕੀਤੀ ਸੀ। ਅੱਜ ਅਸੀਂ ਕਬੀਰ ਸਾਹਿਬ ਦੇ ਉਸ ਸ਼ਬਦ ਦੀ ਰਮਜ਼, ਜਿਸ ਤਰ੍ਹਾਂ ਕਬੀਰ ਸਾਹਿਬ ਨੇ ਉਹ ਅਵਸਥਾ ਪ੍ਰਾਪਤ ਕੀਤੀ, ਉਹਦੇ ਵਾਸਤੇ ਗੁਰੂ ਨਾਨਕ ਸਾਹਿਬ ਕੋਲੋਂ ਸਿੱਖ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਬੜੀ ਕਮਾਲ ਦੀ ਗੱਲ ਕੀਤੀ ਕਿ ਕਬੀਰ ਸਾਹਿਬ ਦਾ ਸ਼ਬਦ ਆਸਾ ਰਾਗ ਵਿੱਚ ਹੈ, ਗੁਰੂ ਨਾਨਕ ਸਾਹਿਬ ਨੇ ਵੀ ਆਸਾ ਰਾਗ ਵਿੱਚ ਰਾਹੋ ਦੀਆਂ ਪੰਕਤੀਆਂ ਅਤੇ ਬਾਕੀ ਟੋਪਿਕ ਦੀਆਂ ਪੰਕਤੀਆਂ ਨੂੰ ਆਲਮੋਸਟ ਸੇਮ ਰੱਖ ਕੇ ਸਾਨੂੰ ਸਮਝਾਇਆ ਇਹ ਅਵਸਥਾ ਬਣਦੀ ਕਿਸ ਤਰ੍ਹਾਂ ਹੈ। ਹਾਓ ਵੀ ਅਟੇਨ ਔਰ ਹਾਓ ਵੀ ਰੀਚ ਟੂ ਵਨਨੈਸ ਆਫ ਗੋਡ, ਅਸੀਂ ਰੱਬ ਨਾਲ ਇੱਕਮਿਕਤਾ ਪ੍ਰਾਪਤ ਕਿਵੇਂ ਕਰਦੇ ਹਾਂ, ਅੱਜ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਣ ਲੱਗੇ ਨੇ। ਅੱਜ ਦੇ ਸ਼ਬਦ ਔਰ ਕੱਲ੍ਹ ਦੇ ਸ਼ਬਦ ਦੀ ਉਚਾਰਨ ਕਰਨ ਵਿੱਚ ਇਤਨਾ ਫਰਕ ਰੱਖਾਂਗੇ। ਕੱਲ੍ਹ ਦੇ ਸ਼ਬਦ ਸੀ ਕਬੀਰ ਸਾਹਿਬ ਅਵਸਥਾ ਪ੍ਰਾਪਤ ਕਰ ਚੁੱਕੇ ਨੇ, ਇਸ ਕਰਕੇ ਉਹ ਕਹਿ ਰਹੇ ਨੇ ਗਾਓ ਗਾਓ ਰੀ ਦੁਲਹਨੀ, ਮੱਤ ਕਹਿ ਰਹੀ ਹੈ ਬਾਕੀ ਸਾਰੇ ਇੰਦਰੀ ਗਿਆਨ ਇੰਦਰੀਆਂ ਨੂੰ ਦੁਲਹਨੀ ਬਣਾ ਕੇ ਕਿ ਮੈਂ ਇਹ ਗਾ ਰਹੀ ਹਾਂ, ਇਸ ਤਰ੍ਹਾਂ ਗਾਉਂਦੀ ਹਾਂ। ਇਹ ਗਾਉਣ ਦੀ ਅਵਸਥਾ ਕਿਵੇਂ ਬਣਦੀ ਹੈ, ਉਸ ਵਾਸਤੇ ਹੁਕਮੀ ਭਵਿੱਖਤ ਕਾਲ ਵਿੱਚ ਫਿਊਚਰ ਟੈਂਸ ਦੀ ਲੈਂਗੁਏਜ ਵਿੱਚ ਗੁਰੂ ਨਾਨਕ ਸਾਹਿਬ ਅੱਜ ਸਾਨੂੰ ਉਚਾਰਨ ਕਰਨਾ ਸਿਖਾਉਣਗੇ। ਗਾਵੋ ਗਾਵੋ ਰੀ ਦੁਲਹਨੀ। ਸੋ ਅਸੀਂ ਗਾਵੋ ਗਾਵੋ ਕਾਮਣੀ, ਗੁਰੂ ਨਾਨਕ ਸਾਹਿਬ ਦੁਲਹਨੀ ਨੂੰ ਕਾਮਣੀ ਕਹਿੰਦੇ ਨੇ, ਕਬੀਰ ਸਾਹਿਬ ਦੁਲਹਨੀ ਉਚਾਰਨ ਕਰ ਰਹੇ ਸਨ ਔਰ ਕਬੀਰ ਸਾਹਿਬ ਨੇ ਗਾਓ ਗਾਓ ਫਸਟ ਪਰਸਨ ਦੀ ਲੈਂਗੁਏਜ ਬਿੰਦੀ ਲਾ ਕੇ ਉਚਾਰਨ ਕਰਨਾ ਸਿਖਾਇਆ ਸੀ। ਗੁਰੂ ਨਾਨਕ ਸਾਹਿਬ ਗਾਵੋ ਗਾਵੋ ਹਹੇ ਦੀ ਔਂਕੜ ਲਗਾ ਕੇ ਹੁਕਮੀ ਭਵਿੱਖ ਵਿੱਚ ਸਮਝਾ ਰਹੇ ਨੇ ਦੈਟਸ ਹਾਓ ਯੂ ਆਰ ਸਪੋਜ਼ ਟੂ ਪ੍ਰੈਕਟਿਸ। ਕਿਹਨੂੰ ਕਹਿ ਰਹੇ ਨੇ ਕਾਮਣੀ, ਕਾਮਣ ਕੌਣ ਹੈ, ਮੇਰੇ ਇੱਕ ਇੱਕ ਅੰਗ ਦੀ ਮੱਤ। ਕੱਲ੍ਹ ਦੁਲਹਨੀ ਪਲੂਰਲ ਬਹੁਵਚਨ ਵਿੱਚ ਸੀ, ਅੱਜ ਕਾਮਣੀ ਦੁਲਹਨ ਬਹੁਵਚਨ ਵਿੱਚ ਹੈ ਔਰ ਸਾਨੂੰ ਸਮਝ ਆਉਂਦੀ ਜਾਏਗੀ ਮੇਰੀ ਅੱਖ ਦੇ ਪਿੱਛੇ ਕੋਈ ਮੱਤ ਹੈ, ਮੇਰੇ ਕੰਨ ਦੇ ਪਿੱਛੇ ਵੀ ਕੋਈ ਮੱਤ ਹੈ, ਮੇਰੇ ਨੱਕ ਸੁੰਘਣ ਦੀ ਜਿਹੜੀ ਸ਼ਕਤੀ ਹੈ, ਮੇਰੇ ਸਪਰਸ਼ ਕਰਨ ਦੀ, ਮੇਰੇ ਚਰਨਾਂ ਦੇ ਜਾਲਣ ਦੀ, ਸਾਰਿਆਂ ਦੇ ਇੱਕ ਇੱਕ ਰੋਮ ਦੀ, ਇੱਕ ਇੱਕ ਅੰਗ ਦੀ, ਆਪਣੇ ਆਪਣੇ ਸੋਚਣ ਦੀ ਕੋਈ ਸ਼ਕਤੀ ਹੈ, ਪਰ ਇਸ ਸਾਰੀ ਸੋਚਣ ਸ਼ਕਤੀ ਦੇ ਪਿੱਛੇ ਮੇਨ ਰਾਜਾ ਹੈ, ਰਾਜਾ ਰਾਮ ਪਤਾਰ, ਮੇਰਾ ਮਨ। ਔਰ ਬਾਣੀ ਰਾਹੀਂ ਜਦੋਂ ਅਸੀਂ ਇਸ ਨੂੰ ਵਿਚਾਰਾਂਗੇ ਤਾਂ ਪਤਾ ਲੱਗੇਗਾ ਫਿਰ ਮੈਨੂੰ ਕਰਨਾ ਕੀ ਚਾਹੀਦਾ। ਅੱਜ ਗੁਰੂ ਨਾਨਕ ਸਾਹਿਬ ਰਹਾਉ ਦੀ ਪੰਕਤੀ ਜੋ ਸਾਨੂੰ ਬਿਆਨ ਕਰਦੇ ਨੇ ਉਸ ਨੂੰ ਅਸੀਂ ਪਹਿਲਾਂ ਗਾਇਨ ਕਰਨ ਲੱਗੇ ਹਾਂ। ਆਪ ਜੀ ਸਾਰੇ ਰਲ ਕੇ ਸਾਡੇ ਨਾਲ ਗਾਇਨ ਕਰੋ, ਉਸ ਤੋਂ ਬਾਅਦ ਕੱਲ੍ਹ ਦੇ ਸ਼ਬਦ ਦੇ ਨਾਲ ਮਿਲਾ ਕੇ ਵਿਚਾਰ ਨੂੰ ਸਾਂਝ ਕਰਨ ਦੀ ਕੋਸ਼ਿਸ਼ ਕਰਾਂਗੇ। ਆਓ
ਰਲ ਕੇ ਪਹਿਲਾਂ ਗਾਇਨ ਕਰੀਏ। ਗਾਵੋ ਗਾਵੋ ਕਾਮਣੀ ਬਿਬੇਕ ਵਿਚਾਰ, ਗਾਵੋ ਗਾਵੋ ਕਾਮਣੀ ਬਿਬੇਕ ਵਿਚਾਰ, ਗਾਵੁ ਗਾਵੁ ਕਾਮਣੀ ਬਿਬੇਕ ਵਿਚਾਰ, ਗਾਵੁ ਗਾਵੁ ਕਾਮਣੀ ਬਿਬੇਕ ਵਿਚਾਰ, ਹਮਰੇ ਕਰ ਆਇਆ ਜਗ ਜੀਵਨ ਪਤਾਰ, ਹਮਰੇ ਕਰ ਆਇਆ ਜਗ ਜੀਵਨ ਪਤਾਰ, ਗਾਵੋ ਗਾਵੋ ਕਾਮਣੀ ਬਿਬੇਕ ਵਿਚਾਰ, ਕਿਰਪਾ ਆਪਣੇ ਘਰ ਤਾਮਿਲ ਸਖੀਆ ਕਾਲ ਰਚਾਇਆ, ਖੇਲ ਦੇਖ ਮਨ ਅਨੰਦ ਪਿਆ, ਜੀਵਨ ਪਤਾਰ, ਹਮਰੇ ਕਰ ਆਇਆ ਜਗ ਜੀਵਨ ਪਤਾਰ, ਗਾਵੋ ਗਾਵੋ ਕਾਮਣੀ ਬਿਬੇਕ ਵਿਚਾਰ, ਗਾਵੋ ਗਾਵੋ ਕਾਮਣੀ।
गुरु वाले हमरा ब्याज हो बूझे कोई
पंत नानक सबना का फिर एको सो सत्संग जी, जो असी शब्द गायन किया, यह शब्द गुरु ग्रंथ साहब के 351 भाव 351 अंक से सुशोभित है। शब्द का सिरलेख है आसा महला पहला, गुरु नानक साहब का शब्द है। गुरु नानक साहब ने जिस तरह के असी कल स्टार्ट करन वेले विचार सांझ कीती सी के कबीर साहब की ही उसी रमस नूं खोलिया है कि इस अवस्था नूं प्राप्त किवें कीता जांदा है। इंज बिल्कुल नहीं है कि कबीर साहब या फरीद जी की बाणी कितों भी उहदे अंदर कोई घाट होवे। कई सज्जन इस तरह कहिंदे हन कि जिथे घाट सी उत्थे गुरु साहब ने उसनूं सुधारिया, लेकिन इस तरह गल नहीं है। सारी बाणी परफेक्ट है और सानूं परफेक्शन वल जांदी है, और बाणी की इस परफेक्शन के सदका असीं इह समझदे हां कि सतगुर की बाणी सत स्वरूप है, गुरबाणी बनीए। दरअसल बाणी तो सत स्वरूप है, ये कोई भी फ्लॉ नहीं है, कोई भी मिक्स नहीं है, लेकिन असी बाणी जिस तरह दसदी है उस तरह बनना है। एक गुरमत की टास्क है, मोटो है, गोल है कि मनुख नू रब जी नाल एक मिक करना है, क्योंकि ये तुर की बाणी है। सो बाणी दे इस पक्ष नू जदों असी विचारदे हाँ तां असी अपने टॉपिक विच रहिए,
क्योंकि साडा समा लिमिटेड है, लिमिटेड समय अंदर इस टॉपिक नू विचारना बड़ा मुश्किल है, क्योंकि टॉपिक नू समझण वास्ते जिहड़े सपोर्टिव शब्द गुरु ग्रंथ साहिब दी बाणी चों असीं प्रकरण वजो प्रमाण वजो लैंदे आ ਉਹ ਵੀ ਲੈਣੇ ਅਤੇ ਨਾਲ ਜਿਹੜੇ ਗੁਰਬਾਣੀ ਦੇ ਇੰਟਰਨਲ ਲੌਜਿਕਸ ਨੇ ਉਹਨਾਂ ਨੂੰ ਵਿਚਾਰਨਾ, ਫਿਰ ਉਸ ਸ਼ਬਦ ਦੇ ਰਹਾਉ ਨੂੰ ਵਿਚਾਰ ਕੇ ਉਸਦੀਆਂ ਪੰਕਤੀਆਂ ਨੂੰ ਉਸਦੀ ਗ੍ਰਾਮਰ ਨੂੰ ਵਿਚਾਰਨਾ ਔਰ ਉਹਦੇ ਲਫਜ਼ੀ ਅਰਥਾਂ ਨੂੰ ਫਿਰ ਉਸ ਪੰਕਤੀ ਦੇ ਨਾਲ ਸਾਂਝ ਕਰਕੇ ਪੂਰੇ ਆਪਣੇ ਅੱਜ ਦੇ ਟੌਪਿਕ ਦੇ ਇਰਦ ਗਿਰਦ ਹੀ ਰਹਿ ਕੇ ਬਿਨਾਂ ਕੰਟਰਾਡਿਕਟ ਹੋਇਆਂ, ਇਹ ਥੋੜ੍ਹੇ ਜਿਹੇ ਸਮੇਂ ਵਿੱਚ ਬੜਾ ਮੁਸ਼ਕਿਲ ਹੁੰਦਾ ਹੈ, ਲੇਕਿਨ ਸਮੇਂ ਦੀ ਤਲਵਾਰ ਜਿਹੜੀ ਸਾਹਮਣੇ ਟੰਗੀ ਹੋਈ ਹੈ ਉਸਨੂੰ ਦੇਖਦਿਆਂ ਹੋਇਆਂ ਥੋੜ੍ਹਾ ਬੋਲਣ ਵੇਲੇ ਤੇਜ਼ੀ ਆ ਜਾਂਦੀ ਹੈ, ਉਹਦੇ ਵਾਸਤੇ ਮੈਂ ਖਿਮਾ ਦਾ ਜਾ ਚੁੱਕਾਂ, ਕਿਉਂਕਿ ਟਾਈਮ ਲਿਮਿਟਿਡ ਹੈ ਔਰ ਆਪ ਸਭ ਜੀ ਦਾ ਬੜਾ ਕੀਮਤੀ ਸਮਾਂ ਹੁੰਦਾ ਹੈ। ਗੁਰੂ ਨਾਨਕ ਸਾਹਿਬ ਅੱਜ ਸਾਨੂੰ ਸਮਝਾ ਰਹੇ ਨੇ ਕਿ ਕਬੀਰ ਜੀ ਦੀ ਜਿਹੜੀ ਅਵਸਥਾ ਬਣਦੀ ਹੈ, ਕਬੀਰ ਜੀ ਦੀ ਅਵਸਥਾ ਕੀ ਸੀ? ਕਬੀਰ ਜੀ ਕਹਿੰਦੇ ਨੇ ਗਾਵੋ ਗਾਉਰੀ ਦੁਲਹਨੀ ਗਾਓ ਗਾਉਰੀ ਦੁਲਹਨੀ ਮੰਗਲ ਚਾਰਾ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਕਬੀਰ ਸਾਹਿਬ ਕਹਿੰਦੇ ਨੇ ਮੇਰੇ ਘਰ ਰੱਬ ਜੀ ਆ ਗਏ ਨੇ। ਕੱਲ ਅਸੀਂ ਵਿਚਾਰ ਚੁੱਕੇ ਹਾਂ ਰੱਬ ਜੀ ਕਿਸ ਤਰ੍ਹਾਂ ਆਉਂਦੇ ਨੇ। ਕਬੀਰ ਸਾਹਿਬ ਦੀ ਅਵਸਥਾ ਵਿੱਚ ਰੱਬ ਜੀ ਦੇ ਆਉਣ ਦਾ ਮਤਲਬ ਕੀ ਹੈ? ਸੁਹਾਗਨ ਮੈਂ ਬੰਨਣਾ ਚਾਹੁੰਦੀ ਕਿਉਂ ਆ, ਟਾਸਕ ਸ਼ੁਰੂ ਕਿੱਥੋਂ ਹੋਈ? ਉਹ ਸਾਰੀ ਕਬੀਰ ਸਾਹਿਬ ਦੀ ਜਿਹੜੀ ਉੱਚੀ ਅਵਸਥਾ ਹੈ ਉਸ ਉੱਚੀ ਅਵਸਥਾ ਤੱਕ ਆਪਣਾ ਨਾਸਤੇ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਣ ਲੱਗੇ ਨੇ। ਸਾਧ ਸੰਗਤ ਜੀ, ਬਾਣੀ ਨੂੰ ਜਦੋਂ ਅਸੀਂ ਵਿਚਾਰਦੇ ਹਾਂ ਨਾ ਤਾਂ ਬਹੁਤ ਵਿਸਮਾਦਤ, ਜਿਸਨੂੰ ਬੜੇ ਆਨੰਦ ਦੀ, ਬੜੀ ਵੰਡਰ ਆਫ ਗੋਡ ਦੀ ਅਵਸਥਾ ਮਾਣਨ ਦਾ ਸਵਾਦ ਆਉਂਦਾ ਜਦੋਂ ਅਸੀਂ ਬਾਣੀ ਨੂੰ ਬਾਣੀ ਦੇ ਅੰਦਰੋਂ ਵਿਚਾਰਦੇ ਹਾਂ। ਹੁਣ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ ਕਿ ਜੇ ਤੂੰ ਕਬੀਰ ਸਾਹਿਬ ਦੀ ਅਵਸਥਾ, ਆਨੰਦ ਕਾਰਜ ਦੀ ਅਵਸਥਾ, ਮੈਂ ਕੱਲ੍ਹ ਇਹ ਪਹਿਲਾ ਪੁਆਇੰਟ ਸਾਂਝ ਕੀਤਾ ਸੀ, ਧਰਤੀ 'ਤੇ ਲੋਕਾਂ ਦਾ ਵਿਆਹ ਤਾਂ ਹੁੰਦਾ ਹੈ ਲੇਕਿਨ ਲੋਕਾਂ ਦੀ ਆਪਸ ਵਿੱਚ ਬਣਦੀ ਨਹੀਂ ਹੈ। ਔਰ ਆਮ ਤੌਰ 'ਤੇ ਵਟਸਐਪ ਵਿੱਚ ਵੀ ਸੁਣਿਆ ਆਇਆ, ਵਟਸਐਪ ਵਿੱਚ ਸੁਣਿਆ ਆਇਆ ਕਿ ਜੇ ਕਹਿੰਦੇ ਨੇ ਜੋੜੀਆਂ ਜਗ ਥੋੜੀਆਂ ਔਰ ਨਰੜ ਬਥੇਰੇ, ਜੇ ਕਹਿੰਦੇ ਨੇ ਕਿ ਧਰਤੀ 'ਤੇ ਜਿੰਨੇ ਵੀ ਪਤੀ ਪਤਨੀ ਨੇ ਸਭ ਦੀ ਬਣਦੀ ਨਹੀਂ ਹੈ, ਔਰ ਫਿਰ ਨਾਲ ਹੀ ਕਹਿੰਦੇ ਨੇ ਉੱਤੋਂ ਧੁਰੋਂ ਲਿਖੀਆਂ ਆਈਆਂ ਨੇ ਜੋੜੀਆਂ ਅਤੇ ਥੱਲੇ ਵਿਅੰਗ ਲਿਖਿਆ ਹੋਇਆ ਸੀ ਕਿ ਰੱਬ ਦੇ ਘਰ ਵਿੱਚ ਵੀ ਗਲਤੀ ਹੋ ਜਾਂਦੀ ਹੈ। ਲੇਕਿਨ ਰੱਬ ਜੀ ਦੇ ਘਰ ਅੰਦਰ ਕੋਈ ਗਲਤੀ ਨਹੀਂ, ਰੱਬ ਜੀ ਉੱਤੋਂ ਅਸਮਾਨ ਤੋਂ ਸੰਜੋਗ ਬਣਾ ਕੇ ਜੋੜੀਆਂ ਨਹੀਂ ਬਣਾਉਂਦੇ ਨੇ, ਇਹ ਸਾਡਾ ਭੁਲੇਖ ਹੈ। ਮੂੰਹੋਂ ਕਈ ਕਵਾਈ ਕੰਨੋ ਕੰਨੀ ਵਰਡ ਆਫ ਮਾਊਥ ਹੈ, ਇਟਸ ਨੋਟ ਫੈਕਟ। ਇਹ ਅਸੀਂ ਜਦੋਂ ਆਪ ਵਿਚਾਰਾਂਗੇ, ਸਾਡੀ ਬਾਹਰ ਤੁਹਾਨੂੰ ਪੁਸਤਕ ਮਿਲੇਗੀ ਜੀਵਨ ਜਾਚ ਦਾ ਖਜ਼ਾਨਾ ਵਾਲਿਊਮ 1 or 2, 16 ਸ਼ਬਦਾਂ ਦੇ ਅਰਥ, ਫਿਰ ਤੁਹਾਨੂੰ ਇੱਕ ਪੁਸਤਕ ਮਿਲੇਗੀ ਦਿਲ ਨੂੰ ਦਿਲਾਂ ਦੀ ਰਾਹ, ਹਿੰਦੀ 'ਚ ਹੈ ਦਿਲ ਸੇ ਦਿਲੋਂ ਕੀ ਰਾਹ, ਅੱਜ ਕੱਲ੍ਹ ਇੰਗਲਿਸ਼ 'ਚ ਵੀ ਫਾਈਨਲ ਹੋਣ ਵਾਲੀ ਹੈ। ਉਹਦੇ ਅੰਦਰ ਅਸੀਂ 4 ਲਾਵਾਂ ਬੇਸਡ ਗੱਲ ਕੀਤੀ ਹੈ ਔਰ ਅਸੀਂ ਸਮਝਣ ਦਾ ਯਤਨ ਕੀਤਾ ਹੈ ਕਿ ਅਰੇਂਜਡ ਮੈਰਿਜ, ਜਿਹੜੀ ਸੋ ਕਾਲਡ ਅਰੇਂਜ ਮੈਰਿਜ ਔਰ ਸੋ ਕਾਲਡ ਲਵ ਮੈਰਿਜ ਹੈ, ਇਹਦੇ ਵਿਚਕਾਰ ਸਾਡੇ ਮਨ ਕੀ ਮਤ ਦੇ ਕ੍ਰਾਈਟੇਰੀਆ ਹੁੰਦੇ ਨੇ ਮੁੰਡਾ ਜਾਂ ਕੁੜੀ ਲੱਭਣ ਵਾਸਤੇ। ਰੱਬ ਜੀ ਦੇ ਪੱਖੋਂ ਤਾਂ ਅਸੀਂ ਵੇਖਦੇ ਹੀ ਨਹੀਂ ਹਾਂ, ਅਸੀਂ ਵੇਖਦੇ ਹਾਂ ਸਾਡੀ ਜ਼ਾਤ ਬਰਾਦਰੀ ਦਾ, ਅਸੀਂ ਵੇਖਦੇ ਹਾਂ ਉਹ ਮੁੰਡਾ ਛੜਾ ਹੈ, ਅਸੀਂ ਵੇਖਦੇ ਹਾਂ ਉਹਦੀ ਪ੍ਰਾਪਰਟੀ ਬੜੀ ਹੈ, ਅਸੀਂ ਵੇਖਦੇ ਹਾਂ ਕੁੜੀ ਉੱਚੇ ਕਰਦੀ ਹੈ ਦਾਜ ਬੜਾ ਲਿਆਏਗੀ, ਅਸੀਂ ਦੇਖਦੇ ਹਾਂ ਕੁੜੀ ਸੋਹਣੀ ਤਾਂ ਹੋਣੀ ਚਾਹੀਦੀ ਹੈ ਲੋਕਾਂ ਦੇ ਸਾਹਮਣੇ, ਕਿਸੇ ਅਸੀਂ ਦੇਖਦੇ ਹਾਂ ਕੱਦ ਬੁੱਤ ਬਰਾਬਰ ਬਰਾਬਰ ਦੇ ਹੋਣੇ ਚਾਹੀਦੇ ਨੇ, ਅਸੀਂ ਦੇਖਦੇ ਹਾਂ ਕੰਪੈਟੀਬਿਲਿਟੀ ਆਫ ਦਾ ਡਿਗਰੀਜ਼, ਇਹ ਸਾਰਾ ਕ੍ਰਾਈਟੇਰੀਆ ਸਾਡਾ ਮੁੰਡੇ ਕੁੜੀ ਦਾ, ਮਾਤਾ ਪਿਤਾ ਦਾ ਅਤੇ ਸਾਡੇ ਸਮਾਜ ਦਾ ਹੈ, ਇਹ ਕ੍ਰਾਈਟੇਰੀਆ ਰੱਬ ਜੀ ਦਾ ਨਹੀਂ ਹੈ। ਰੱਬ ਜੀ ਨੇ ਕੋਈ ਐਸੇ ਸੰਜੋਗ ਨਹੀਂ ਬਣਾਏ ਨੇ। ਗੁਰਮਤ ਅਨੁਸਾਰ ਸੰਜੋਗ ਵਿਯੋਗ ਇਹ ਲੋਕਾਂ ਦੇ ਮਿਲਣ ਔਰ ਵਿਛੜਨ ਵਾਲਾ ਟੌਪਿਕ ਹੈ ਹੀ ਨਹੀਂ ਹੈ। ਸੰਜੋਗ ਵਿਯੋਗ ਦੋ ਇਕਾਰ ਚੱਲਾਂ ਮੈਂ ਲਿਖਿਆ ਮੈਂ ਭਾਗ ਜਪਜੀ ਸਾਹਿਬ ਦੀ ਪੁਸਤਕ ਵੀ ਤੁਹਾਨੂੰ ਬਾਹਰ ਮਿਲੇਗੀ ਔਰ ਪੈਨ ਡਰਾਈਵ ਮਿਲੇਗੀ ਜਿਹਦੇ 'ਚ ਅਸੀਂ ਸਾਂਝ ਕਰਦੇ ਹਾਂ। ਸੰਜੋਗ ਦਾ ਮਤਲਬ ਹੁੰਦਾ ਜਦੋਂ ਤੂੰ ਰੋਜ਼ ਰੋਜ਼ ਆਪਣੇ ਆਪ ਨੂੰ ਸੱਚ ਦੀ ਸੰਗਤੀ 'ਚ ਲਿਜਾਵੇਂ ਤਾਂ ਤੇਰਾ ਰੱਬ ਜੀ ਦੇ ਨਾਲ ਸੰਜੋਗ ਪੋਸੀਬਲ ਹੋ ਜਾਂਦਾ ਹੈ।
गुरमति च संजोग का कॉन्सैप्ट है। जदों तू सच की संगति च अपने आप नूं लिजांदा तां सच की संगति च एक विचार आउंदी है केड़े केड़े कर्म अवगुण होंदे ने, जिन्नी कमी नाए गुण ते कंबड़े विसार, अते केड़े केड़े चंगे काम होंदे ने, भाई प्राप्त मानुक दे रही है गोबिंद मिलन की है तेरी बरिया, अवर काज तेरे किते ना काम मिल, साध संगत भज केवल नाम। सानू समझांदे ने केड़े केड़े काम चंगे होंदे ने, केड़े केड़े मंदे होंदे ने, विवेक बुद्धि देंदे ने, और विवेक बुद्धि दे के कहंदे ने ऐ मंदे वाले काम छड्ड दे। मंदे कम्मां नू अपने सुभा तो अपनी एंटिटी अपनी परसनैलिटी अपने करैक्टर अपने आचरण अपने सुभा तो छड्डना विजोग कहलांदा है। अज तो मैं विजोग कर लिया अपने मंदे सुभा तो, ये गुरमत का संजोग विजोग का कॉन्सैप्ट है। और मां सैमीनारी असी डिस्कस किया जो संजोग और विजोग का टॉपिक आता है। असी जिहड़े सैमीनार्स करते हैं उन्होंने विचकार असी बहुत डिटेल विच तीन तीन चार चार पांच पांच घंटे बैठ के करते हैं क्योंकि उत्थे टाइम लिमिट नहीं आती। और असी मां सैमीनार विच पूरी डिटेल समझी सी कि अपना परिवार आत्मक परिवार किवें बनाईदा है। आत्मक परिवार बनाने असी समझा सी कि मैनू हक नहीं मिलिया कि मैं चूज करा कि मैं किस माँ के घर किस पिता के घर पैदा होवां, मनू हक नहीं मिलिया कि मेरे भैन भरा कौन होण, मैनू हक नहीं मिलिया कि मेरा विआह कित्थे होवे, मैनू हक नहीं मिलिया कि मेरे बच्चे कैसे होण। लेकिन माता मत पिता संतोख सत भाई कर ये विशेख का टॉपिक माँ सैमीनार समझिया। और उस सैमीनार समझिया कि तू अपनी आत्मक मां आज पैदा कर सकता है, तू अपना आत्मक पिता संतोख पैदा कर सकता है, तू अपने धियां पुत्र भैन भरा पैदा कर सकता है, तू अपने सस सोरा पैदा कर सकता है। यह जिहड़ा असी अपना आत्मक परिवार बनाते हाँ उन्हूं गुरबाणी विच कुल उधार है अपना कहिंदे ने। यह बारले कुल और वंश जात पात दी गल्लां नहीं चलदियां। गुरबाणी च जिहड़े साडे चंगे चंगे गुण अंदरों असी पैदा करदे हाँ उन्हूं वेल वधना कहिंदे ने, चली पीढ़ी बोचाली कहिंदे ने। ओह मेरी वेल वधी, मेरे चंगे चंगे गुण वधे, मेरे चंगे चंगे गुण वधन मेरा वंश वध्या, मेरा कुल वध्या। उस कुल विच जिहड़े मेरे पहला मैं भैड़े ख्याल सोचदा सी, वह भैड़े ख्याल जिहड़ी मत चों आंदे सन, उस मत नूं उस सोर्स नूं फिक्सअप करना कहिंदे ने पितरी होए उधारो। अपनी माता नूं ठीक करना, अपने पिता नूं ठीक करना और अपने कुल का उधार करना, इहनूं कहिंदे ने जिस सिमरत सब किल विखनासै पितरी होए उधारू। तेरे मंदे ख्याल चले जाएंगे और तेरी सोचनी दी सोर्स ठीक हो जाएगी। सो गुरमत दा अंदर दा जिहड़ा कॉन्सैप्ट है उसनू असी विचारदे नहीं हाँ। असी शरीरक तल ते रहिंदे हाँ। शरीरक तल तक क्यों रहिंदे हाँ? क्योंकि असी लग्जूरियस लाइफ जीना चाहते हाँ, असी सिर्फ सुखां तक महदूद रहना चाहते हाँ। खैर असी वो माँ दे सैमीनार च समझिया तू अपनी पत्नी चूज कर सकता है, उम्र का तू जो मर्जी होवे, पत्नी भी अपनी पत्नी चूज कर सकती है, बुढ़े बुढ़ी भी अपनी पत्नी चूज कर सकते, निक्का बच्चा भी अपनी पत्नी, उन्हूं गुरमति च नार कहिंदे ने, घर की गीहन चंगी कहिंदे ने, उन्हूं मत कहिंदे ने। दैट मीनस एवरी वन हैज सम थॉट प्रोसेस एंड दैट थॉट प्रोसेस इज कॉल्ड मत, दैट थॉट प्रोसेस इज कॉल्ड वाइफ, दैट थॉट प्रोसेस इज कार्ड घर की नार, इस मन रूपी घर की नार। जिस तरह नार सोचेगी उस तरह घर चलेगा। सो असी अज गुरु नानक साहब नू पुछदे हां, अच्छा मैं अपनी पत्नी प्राप्त करना चाहता हाँ, पत्नी है मेरी मत, तो गुरु नानक साहब मैनू अज समझांदे ने कहंदे ने गावो गावो कामणी, मेरी मत नू कह रहे ने ओ कामण तू गाया कर, जदों हाहे नू औंकड़ आ जाएगी तां फ्यूचर टेंस च होएगा। लेकिन तुसी देखो कितनी विडंबना है, कितने अफसोस की गल है, जदों असीं जी पढ़दे हां हुक्मी हुक्म चलाए राहो, उत्थे राह दे हाहे नू औंकड़ है पर उचारण करन वास्ते नहीं है,
पर सारे उच्चारण कर जाओ, हुक्म चलाए राहो नानक विकसे वेपर वाहो। वेपर वाहो और राहो कोई लफज होता ही नहीं है, उथे ओंकड़ क्यों लगी है और उच्चारण क्यों नहीं करनी, क्योंकि वो सिंगुलर है। हुक्मी हुक्म चलाए राह नानक विकसे वे परवाह, ये उसका शुद्ध उच्चारण है। लेकिन असि शुद्ध उच्चारण वाले पासे आंदे ही नहीं है। सानू छेती छेती पढ़ना पसंद है, सानू छेती छेती पाठ मुकाना पसंद है, क्योंकि किसी ने कह दिता पाठ मुका लो मातम हो जाएगा, विआह हो जाएगा, पुत्र हो जाएंगे, पोतरे हो जाएंगे, मकान बन जाएगा। असी इन्हां गल्लां विच लगे रहिंदे आ, इह गल्लां बार बार रिपीट भी हो जांदियां। तुहानू मेरी रिपीटिड गल्लां बहुत लगदियां होणगियां, मेरे लफज लिमिटिड हन, पर हर वारी साडा शब्द शब्द दी स्ट्रैटजी डिफरेंट होंदी है, बोलन वाले बंदे दी अपनी एक लिमिट होंदी है, उहदे वास्ते मैं खिमा दा जा चुका। सो कल असी इत्थों गल शुरू कीती सी कि दुनिया दा कोई भी मनुख जे उह विआह कराणा चाहुंदा है तां उहनूं विआह कराण तों पहलां गुरु नानक साहब वाली गल सुन के, कबीर साहब की गल सुन के पहला अपना विआह रब जी दे नाल करा लेना चाहिए, नहीं तो नुकसान पता है की होएगा। पति हमेशा पत्नी नूं कहेगा तू मेरा ध्यान नहीं रखती, हमेशा बच्चों मस्त रहती है, हमेशा तेनों अपने पेके की पई रहती है। इस तरीके नाल वह हमेशा उन्होंने कहेगा तू मेरा ध्यान रख्या कर, मेरे कोल बैठी रहा कर, मेरा पानी भरिया कर। पत्नी की कहेगी मेरा अज बर्थडे सी, तुसी घर नहीं आए, अज एनीवर्सरी है घर नहीं आए, अज केक नहीं मंगाया, तुसी घर टाइम सिर नहीं आते, सानू बाहर नहीं ले जाते, पीज़ा खवाण नहीं ले जाते, बच्चे की कहेंगे, मैं की करांगी। हर वेले वो पति नू कंप्लेंट्स करती रही, क्योंकि अपने आप नाल नहीं जुड़ी है। अपने आप नाल जुड़न का मतलब पता की है, अपने अंदरले नाल नहीं जुड़ी है। अंदर पता है कौन रहिंदे ने, रब जी, वो अपने अंदर दे रब जी नाल इकमिक नहीं है। इस करके असी बाहर वाले लोगों नू एक्सप्लॉयट करते हैं और उन्हों का मिसयूज कर करके उन्हों की लैग पुलिंग करते हैं, आप दुखी रहते हैं, उन्होंने दुखी करते हैं। बिकॉज आई एम नॉट वन विद माई सैल्फ, आई एम नॉट लविंग टू माई सैल्फ, दैट्स वाई आई एम र्यूनिंग माई सैल्फ एंड ट्राइंग टू र्यून अदरस लाइफ टू। मैं अपने वास्ते तो सुखी है नहीं हाँ, दूजे वास्ते मैं जहमत भरिया जीवन बना दिता है। कबीर साहब बड़ा तरस करते ने, सानू कहते ने मैं ते ना अपना रोम रोम करके सुरत मत बुद्ध करके ना रब्बी सिफतां वाला गुण वाला जीवन आचरण सुभा बना लिया है। इनू गुरमति च रब्बी इकमिकता कहंदे ने। गुरमत दी इकमिकता है, गुरमत दी भगती है, गुरमत दी वर्शिप है, गुरमत दा मेडिटेशन है कि जदों मैं इन अखां नाल देखा मैं हिंदू मुसलमान सिख ईसाई अमीर गरीब गोरा काला वाला वितकरा नाल ना वेखा, मेरिया अखा फिक्सअप हो गई। मैं इन्हों कन्ना दे नाल करन ना सुने काहू की निंदा, सब ते जाने आपस को मंदा। मैंने कन्ना दे नाल निंदा भली किसे की नाई, जे मेरे कन फिक्स हो गए ना तो मानो रब जी नाल व्याए गए, मेरिया अखा रब जी नाल व्याईया गई। ए नेत्रो मेरे ओ हार तुम मैं जोत तरी, रब जी नाल इकमिकता हो गई, रब जी दी जोत आ गई। वैसे तो जोत ऑलरेडी है, एज नहीं होता एक अंधा था वो वहां पर गया और अचानक लाइट आई और जोत आ गई, ये वो वाली गुरमत नहीं है। गुरमत कहती है सब में जोत ऑलरेडी है, कहीं से किसी दीवे में से निकल के नहीं आती है। गुरमत कहती है सब में जोत, जोत है सोए तिसद चानण, सब में चानण होए, पॉसिबल है। पर किस तरह, गुर साखी, साखी ना मतलब सिख्या, स्टोरीज नहीं कहानियां नहीं, गुर साखी जोत प्रगट होए, चानण हो जाता है। वो चानण सोचनी दा टांग, चानण मनू हनेरे तो प्रकाश हो गया। बहुत बहुत सिंपल सिंपल है सात संगत जी, ये गल वक्री है कि असी सिंसियरली जे सीखना चाहते हाँ। सो कबीर साहब ने कहा मेरा एक एक रोम रोम रब जी नाल व्याया होया, ते जे रोम रोम रब जी नाल व्याया जाए तो एक एक अंग रब्बी गुणा दी सिफतां वाला बन जाता है। उन्हों कहंदे ने जे जुगचारे आरजा होर दसूनी होए, होर वाली चंगी मत वध जाती है। नवा खंडा विच जानी है, सारे ऐ सारे खंड विच ओ वाली मत सतगुरु दी आ जाती है। नाल चले सब कोई, एक एक अंग नाल चलन लग पैंदा है,
मन दे नाल सुरत मत बुद्ध सारे आपस च इंटरलिंक होके ट्यून्ड हो जाते हैं, नाल चले सब कोई सारे रब्बी सिफतां वाले बन जाते हैं। जे जुगचारे आरजा होर दे सुनिए नवा खंडा भी जानी है, नाल चले सब कोई चंगा नाव रखाए कह जस कीरत जगले, एक एक अंग जस कीर्ति करना शुरू कर देंदा है, रब्बी गुणा नू गाना शुरू कर देंदा है, रब्बी सिफतां वाला बन जाता है, गॉडली क्वालिटीज वाला बन जाता है, मोरैलिटी वाला आइडियल बन जाता है, वर्च्यूज वाला बन जाता है। कबीर साहब की इस अवस्था तक पहुंचाने वास्ते दुनिया के हर मनुख नू सुखी करने वास्ते गुरु नानक साहब अपने टॉपिक नू कबीर साहब के टॉपिक नू होर सौखा करके खोल देने कि अवस्था प्राप्त किवें होंदी है। कहंदे ने गावो गावो कामणी विवेक विचार, कामणी ए मेरी मत, कामणी ए मेरी सुरत, कामणी ए मेरे कान दे पिछे सोचण दी अकल, कामणी मेरी जीव दे रसना दे पिछे सोचण दी अकल। ओ दरअसल कामणी सारे शब्द दे विचकारों सी समझदे जांगे, भावें साडा मन जिवें सोचदा और सारे अंग उंज करदे ने, लेकिन शब्द जिहड़ी स्ट्रैटजी है वो दे असी लफजी अर्थां नूं व्याण वास्ते इस तरह गलत करदे हां। सो इस शब्द च पहली गल आई कि कबीर जी दे शब्द दी रमज खोली जा रही है कि गांव गांव दी अवस्था बनदी किस तरह है इंद्रे ज्ञान इंद्रे सुरत मत बुद्ध दी। उस अवस्था नूं प्राप्त करन वास्ते गुरु नानक साहब कहंदे ने गावो गावो कामणी विवेक विचार, विवेक दी विचार करिया कर। विवेक दी विचार की है? सर काइंडली गाइड मी हाउ टू लुक, गुरु पातशाह तुसी मेरे पांदा हो, टीचर हो, उस्ताद हो, इस धरती ते ओ वाला उस्ताद होर कोई नहीं है, तुसी मैनू समझाओ मैं इन आंखों से लोगों को कैसे देखा करूं। इस तरीके दे नाल गुरु साहब मैनू दसिया करनगे तू ते बैरी बिगाना तकना है, तैनू की करना है ना को बैरी नहीं बिगाना वाली अवस्था बनानी है, तू ते मजहबी झगड़े पाना है। गुरु साहब कहंदे ने अवल अल्लाह नूर उपाय, कुदरत के सब बंदे एक नूर ते सब जग उपजे, कौन भले को मंदे, किसे मजहब वाले नू भैड़ा ना क्या कर, भावें कोई मजहबी है, भावें कोई एथिस्ट है, भावें कोई कम्युनिस्ट है, भावें तेरे मजहब का है, भावें पराए मजहब का है, ये सारे कुदरत के बंदे ने। इस तरह ना मनु नाल सिखाई जा रहे ने मस्ट टू डू एंड नॉट सपोज टू डू, ये तुझको नहीं करना है और ये जरूर करना है। ए वाली जड़ी अकल आ जाती है ना इनू हंस बिरती कहते हैं, हंसा हीरा मोती चुगना ये हंसा का खाना, हंस नू समझ आ जाती है कि नकली पत्थर केड़े ने, असली पत्थर केड़े ने, हीरे केड़े ने और पत्थर केड़े ने। पत्थर नहीं चुगदा, वह हीरे मोती चुगदा है। तो बाणी जो सानू मत विच रतन जवाहर माणिक वर्गी मत सिखाना शुरू कर देती है ना, सानू विवेक बुद्धि आनी शुरू हो जाती है कि सर और अपसर चंगा अते मंदा च की फर्क है, ते मनु चंगा होर कर करके अपनी प्रैक्टिस करके अपने गुण चढ़े च अवगुण वन करने हैं और अवगुण दिनों दिन छड़ने हैं। इनू विवेक विचार कहते हैं, एनू भी बेक विचार नहीं कहते, नहीं ये करना और ये नहीं करना, लेकिन करण वेले जो नहीं करना वो भी करता जाऊं। विवेक विचार का मतलब होता है पहला तो लिस्ट तैयार होती रहती है रोज 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 बाणी पढ़ पढ़ के सुन सुन के, दूजे नंबर से जो अभी प्रैक्टिस शुरू कर देंगे कि जो नहीं करना वह मैनू नहीं करना चाहिए अपने सुभाव, मैं दृढ़ कर लवा तो विवेक विचार पूरी होती है। विवेक विचार के अर्थ तो बनते हैं, शब्द विचार के अर्थ भी इंज ही बनते हैं। सतगुरु नो सबको देखता जेता जगत संसार डिठे मुकत ना होवी जिचेर शब्द ना करे विचार। शब्द ना करे विचार का मतलब है नहीं कि लफ्जी अर्थ कर ले खत्म हो गए, नाल कोई कहानी साखी सुना दीती खत्म हो गए, नहीं। शब्द विचार का मतलब होंगे एक एक लफज एक एक पंक्ति रहाओ ग्रामर सारी नू विचार के उसनू अपने ते टुका के फिर अपने अमली जीवन ते टुका के अपने सुभा नू फिक्सअप करना, अमली जीना, इत्थे तक है पूरी एक्सरसाइज नू
ਸ਼ਬਦ ਵਿਚਾਰ ਕਰਨਾ ਕਹਿੰਦੇ ਹਨ। ਵਰਨਾ ਸਟੇਜ ਤੇ ਸਿਰਫ ਇਸ ਤਰ੍ਹਾਂ ਬੋਲਣਾ, ਚੁੰਚ ਗਿਆਨੀ ਵਾਂਗੂ ਬੋਲ ਦੇਣਾ, ਔਰ ਪੰਡਿਤ ਦੇ ਸਿਰ ਉੱਤੇ ਚੰਦਨ ਖਰ ਜਾਂ ਸਪਾਰਾ ਖੋਤੇ ਦੇ ਉੱਤੇ ਚੰਦਨ ਰੱਖ ਲੈਣਾ, ਇਸ ਤਰ੍ਹਾਂ ਸਟੇਜ ਤੇ ਲੈਕਚਰ ਕਰਨਾ ਬਹੁਤ ਆਸਾਨ ਹੈ। ਬਟ ਹਾਊ ਡੂ ਆਈ ਬਿਹੇਵ ਵਿਦ ਅਦਰਸ, ਉਹ ਪ੍ਰੈਕਟੀਕਲ ਰੱਬ ਦੀ ਦਰਗਾਹ ਵਿੱਚ ਕਾਊਂਟ ਹੁੰਦਾ ਹਰ ਪਲ ਜੀਂਦੇ ਜੀ, ਕਿਉਂਕਿ ਉਹ ਵੇਖ ਰਿਹਾ। ਸੋ ਹੁਣ ਕਹਿੰਦੇ ਨੇ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਤਾਰ। ਉੱਥੇ ਆਇਆ ਸੀ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰ, ਰਾਜਾ ਰਾਮ ਜਗ ਜੀਵਨ ਸਤਿਗੁਰ ਦੀ ਮਤ ਵਿਜ਼ਡਮ ਨੂੰ ਕਹਿੰਦੇ ਨੇ, ਔਰ ਉਹ ਜਦੋਂ ਲੈ ਕੇ ਮੇਰਾ ਮਨ ਅੰਦਰ ਆ ਜਾਂਦਾ ਹੈ, ਮੇਰਾ ਮਨ ਇਸ ਬੋਡੀ ਦਾ ਖਸਮ ਹੈ ਪਰ ਇਹਨੂੰ ਅਕਲ ਨਹੀਂ ਹੈ ਚਲਾਉਣ ਦੀ। ਜਿਵੇਂ ਕਈ ਘਰਾਂ ਵਿੱਚ ਦੇਖਿਆ ਨਾ, ਪਤੀ ਜਾਂ ਪਿਤਾ ਨੂੰ ਅਕਲ ਨਹੀਂ ਆਉਂਦੀ, ਕਮਾਉਂਦਾ ਵੀ ਨਹੀਂ ਹੈ, ਜੂਆ ਵੀ ਖੇਡਦਾ ਹੈ, ਸ਼ਰਾਬ ਵੀ ਪੀਂਦਾ ਹੈ, ਸਾਰੇ ਘਰ ਵਾਲਿਆਂ ਨੂੰ ਗਾਲਾਂ ਵੀ ਕੱਢਦਾ ਹੈ, ਉਹਨੂੰ ਘਰ ਚਲਾਉਣਾ ਹੀ ਨਹੀਂ ਆਉਂਦਾ। ਹੈ ਘਰ ਦਾ ਮਾਲਕ, ਹੈ ਘਰ ਦਾ ਪਿਤਾ ਔਰ ਪਤੀ, ਬਟ ਡਜ਼ਨਟ ਨੋ ਹਾਊ ਟੂ ਰਨ ਦਾ ਹਾਊਸ। ਗੁਰੂ ਪਾਤਸ਼ਾਹ ਕਹਿੰਦੇ ਨੇ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਤਾਰ। ਇਸ ਤਰ੍ਹਾਂ ਆ ਜਾਂਦਾ ਹੈ ਜਗ ਜੀਵਨ ਪਤਾਰ, ਪਤਾਰ ਮੀਨਸ ਪਤੀ, ਜਿਹਦੇ ਨਾਲ ਪਰਤਾ, ਪਤੀ ਨੂੰ ਪਤਾਰ ਕਹਿੰਦੇ ਨੇ, ਜਿਹਦੇ ਨਾਲ ਮੈਨੂੰ ਚੰਗੇ ਚੰਗੇ ਗੁਣ ਕੰਸੀਵ ਹੁੰਦੇ ਨੇ ਮੇਰੀ ਵੁੰਬ ਦੇ ਅੰਦਰ, ਮੇਰੀ ਸੋਚਣੀ ਦੇ ਅੰਦਰ। ਇਹ ਸ਼ਬਦ ਦਾ ਰਹਾ ਹੋਇਆ ਹੈ। ਉਹਨੂੰ ਕਹਿੰਦੇ ਨੇ ਹਰੇਕ ਇੰਦਰੇ ਗਿਆਨਿੰਦਰੇ ਸੁਰਤ ਮਤ ਬੁੱਧ ਨਾਲ ਵਿਵੇਕ ਵਿਚਾਰ ਕਰਨੀ ਹੈ, ਤਾਂ ਕਿ ਵਿਵੇਕ ਬੁੱਧੀ ਦੇ ਨਾਲ ਨਿਰਲੇਪਤਾ ਆ ਸਕੇ, ਸਰੀਰਕ ਮੋਹ ਤੋਂ ਮੈਂ ਉੱਪਰ ਉੱਠ ਸਕਾਂ। ਉਸਨੂੰ ਕਮਲ ਦਾ ਪ੍ਰਤੀਕ ਕਹਿੰਦੇ ਨੇ, ਔਰ ਸੁਭਾਅ 'ਚ ਰੱਬੀ ਗੁਣ ਸਦਕਾ ਨਿਰਲੇਪਤਾ ਆ ਗਈ, ਦੇਹ ਅਧਿਆਸ ਨਹੀਂ ਰਿਹਾ। ਜਦੋਂ ਦੇਹ ਅਧਿਆਸ ਨਹੀਂ ਰਹਿੰਦਾ ਨਾ, ਦੇਹ ਅਧਿਆਸ ਦਾ ਮਤਲਬ ਸਰੀਰ ਨਾਲ ਪਕੜ, ਹਾਏ ਮੈਂ ਮਰ ਨਾ ਜਾਵਾਂ, ਹਾਏ ਮੈਂ ਬੁੱਢਾ ਨਾ ਲੱਗਾਂ, ਹਾਏ ਬੁਢਾਪਾ ਆ ਰਿਹਾ ਵੇ, ਹਾਏ ਮੌਤ ਤੋਂ ਡਰ ਲੱਗਣਾ, ਉਹਨੂੰ ਕਹਿੰਦੇ ਨੇ ਤ੍ਰਿਸ਼ਨਾ। ਇਹ ਸੈਂਟੈਂਸਿਸ ਔਰ ਡੈਫੀਨੇਸ਼ਨਸ ਮੇਰੀਆਂ ਨੇ, ਇਹਨੇ ਬਾਣੀ ਦੀਆਂ ਨੇ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਨਾ ਮੈਂ ਜੀਓ ਤਾਂ ਮੈਲੇ ਤਿੰਨੀ ਜਨਮ ਜੋ ਹੈ ਹਾਰ ਹੈ। ਅੱਗੇ ਕਹਿੰਦੇ ਨੇ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਜਦੋਂ ਤ੍ਰਿਸ਼ਨਾ ਦਾ ਰੋਗ ਲੱਗ ਜਾਂਦਾ ਹੈ, ਬੰਦਾ ਮਰਨਾ ਨਹੀਂ ਚਾਹੁੰਦਾ, ਮਰਨ ਮਨੋ ਵੀ ਸਾਰਿਆ, ਹਾਏ ਮਰ ਨਾ ਜਾਏ। ਇਹ ਗੱਲ ਜੇ ਮਰ ਨਾ ਜਾਏ ਦੇ ਬਦਲੇ ਜੀਵਤਿਆਂ ਮਰ ਰਹੀਏ ਵਾਲੀ ਅਕਲ ਸਮਝ ਆ ਜਾਏ ਨਾ, ਫਿਰ ਸਰੀਰ ਨਾਲ ਪਕੜ ਨਹੀਂ ਰਹਿੰਦੀ। ਉਹ ਜੋ ਹੋਗਾ ਦੇਖਾ ਜਾਏਗਾ, ਸਾਰੀ ਦੁਨੀਆਂ ਮੇਂ ਸਭ ਲੋਕ ਮਰਤੇ ਹੈ ਤੋ ਮਰ ਜਾਏਗੇ, ਕੋਈ ਬਾਤ ਨਹੀਂ, ਪਰ ਜੀਏਗੇ ਤੋ ਸੱਚ ਕੇ ਸਾਥ ਜੀਏਗੇ। ਸਿਰ ਤਰ ਤਲੀ ਗਲੀ ਮੇਰੀ ਆਓ ਲੈ ਕੇ ਆਏਗੇ, ਪਰ ਪਿਆਰ ਸੇ ਜੀਏਗੇ, ਸੂਰਮਾ ਬਣ ਕੇ ਜੀਏਗੇ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਮੈਂ ਦੀਨ ਦੇ ਹੇਤ ਲੜਾਂਗਾ, ਔਰ ਪੁਰਜਾ ਪੁਰਜਾ ਕੱਟ ਮਰੇ ਪਰ ਮੈਂ ਆਪਣਾ ਅੰਗ ਇੱਕ ਵੀ ਸੱਚ ਪਾਸੋਂ ਮੋੜਾਂਗਾ ਨਹੀਂ। ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਤਾਂ ਫਿਰ ਮਰਨ ਦਾ ਡਰ ਹੀ ਨਹੀਂ ਰਿਹਾ। ਗੁਰੂ ਪਾਤਸ਼ਾਹ ਮਰਨ ਤੋਂ ਪਹਿਲਾਂ, ਸਰੀਰਕ ਮਰਨ ਤੋਂ ਪਹਿਲਾਂ ਆਤਮਕ ਮਰਨਾ ਸਿਖਾ ਦਿੰਦੇ ਨੇ, ਮਨ ਨੂੰ ਬਲਵਾਨ ਕਰ ਦਿੰਦੇ ਨੇ। ਜਿਨ੍ਹਾਂ ਦਾ ਮਨ ਬਲਵਾਨ ਨਹੀਂ ਹੋਇਆ ਉਹ ਉਹਨੇ ਇਹਨਾਂ ਚੱਕਰਾਂ ਵਿੱਚ ਪਏ ਹੋਏ ਨੇ, ਰੱਖੜੀ ਬੰਨਣੀ ਹੈ, ਰਕਸ਼ਾ ਕਰੇਗਾ, ਜੇ ਹੋਊਗਾ ਉਹ ਹੋਊਗਾ, ਮਨ ਬਲਵਾਨ ਨਹੀਂ ਹੈ। ਬਾਰ ਬਾਰ ਮਨਾ ਕਰਨ ਨਾਲ ਕੁਛ ਨਹੀਂ ਹੁੰਦਾ, ਰਾਖੀ ਮਤ ਬਾਂਧਾ ਕਰੋ। ਮਨ ਬਲਵਾਨ ਜਦੋਂ ਤੱਕ ਨਹੀਂ ਹੋਏਗਾ ਤਾਂ ਤੱਕ ਉਹ ਇਹਦੇ ਨਾਲ ਜੰਗਲੇ ਨਾਲ ਉੱਥੇ ਪੀੜੇ ਨਾਲ ਕਿੱਥੇ ਨਾ ਕਿੱਥੇ ਰਾਖੀ ਬੰਨ ਆਣਗੇ, ਭਰਾ ਬੰਨ ਲਏਗਾ। ਹੁਣ ਜਿਹੜਾ ਭਰਾ ਅਮਰੀਕਾ ਰਹਿੰਦਾ ਉਹ ਇੱਥੇ ਆ ਕੇ ਭੈਣ ਦੀ ਰਕਸ਼ਾ ਤਾਂ ਕਰ ਹੀ ਨਹੀਂ ਸਕਦਾ, ਔਰ ਬੜੇ ਸਾਰੇ ਭਰਾ ਐਸੇ ਨੇ ਜਿਹੜੇ ਕੇਪੇਬਲ ਨੇ, ਭੈਣ ਚੰਗੇ ਘਰਾਂ 'ਚ ਵਿਆਹੀ ਹੋਈ ਹੈ, ਭਰਾ ਵਿਚਾਰੇ ਦੇ ਨਾਲ ਇਹ ਮੁਸੀਬਤ ਬਣੀ ਹੋਈ, ਕਿਆ ਲੈ ਕੇ ਜਾਏਂਗੇ, ਕਿਆ ਦੇਂਗੇ। ਭੈਣ ਵੀ ਕਹਿ ਰਹੀ ਕਿਆ ਲੈ ਕੇ ਜਾਏਂਗੇ, ਕਿਆ ਦੇਂਗੇ। ਇਹਨਾਂ ਚੱਕਰਾਂ 'ਚ ਅਸੀਂ ਪਏ ਹੋਏ ਕਿਉਂਕਿ ਮਨ ਬਲਵਾਨ ਨਹੀਂ ਹੈ, ਆਤਮਾ ਬਲਵਾਨ ਨਹੀਂ ਹੈ। ਜਦੋਂ ਆਤਮਾ ਬਲਵਾਨ ਹੁੰਦੀ ਹੈ, ਮਨੁੱਖ ਕਹਿੰਦਾ ਯਾਰ ਅਵਰ ਕਾਜ ਤੇਰੇ ਕਿਤੇ ਨਾ ਕੰਮ, ਸਾਧ ਸੰਗਤ ਭੱਜ ਕੇ ਬਲਾਮ, ਉਹ ਕਿਹੜੇ ਕੰਮ ਨੇ, ਸਰੰਜਾਮ ਲਾਗ ਭੌਜਲ ਤਰਨ ਕਹਿ। ਸੋ ਆਤਮਕ ਜੀਵਨ ਜੀਣ ਦੀ ਗੱਲ ਗੁਰਮਤ ਕਰਦੀ ਹੈ, ਔਰ ਆਤਮਕ ਜੀਵਨ ਜੀਣ ਵਾਸਤੇ ਵਿਵੇਕ ਵਿਚਾਰ ਚਾਹੀਦੀ, ਔਰ ਆਪਣੇ ਸਰੀਰ ਦੇ ਤਲ ਤੋਂ ਉੱਪਰ ਉੱਠਣਾ ਪੈਂਦਾ ਹੈ। ਇਹ ਸ਼ਬਦ ਦਾ ਰਾਹ ਹੈ। ਅੱਗੇ ਕਹਿੰਦੇ ਨੇ ਕਰ ਕਿਰਪਾ ਆਪਣੇ ਘਰ ਆਇਆ। ਕਿਹਨੇ ਕਿਰਪਾ ਕੀਤੀ? ਜਦੋਂ ਤੱਕ ਅਸੀਂ ਇਸੀ ਕੋਨਸੈਪਟ ਨਾਲ ਜੁੜੇ ਰਹਾਂਗੇ, ਰੱਬ ਕਿਰਪਾ ਕਰੇਗਾ ਤਾਂ ਸੁਧਰਾਂਗੇ, ਤਾਂ ਤੱਕ ਹਮ ਕਭੀ ਨਹੀਂ ਸੁਧਰੇਂਗੇ। ਕਿਉਂਕਿ ਫਸਟ ਹੈਂਡ ਹੀ ਭੁਲੇਖਾ ਹੈ, ਭਰਮ ਹੈ, ਕਿਰਪਾ ਕਰੇਗਾ ਤਾਂ
वाह जी वाह, बाणी अंदर कह रहे ने एक ओंकार सतनाम करता पुरख दे अखीरी च कहंदे ने गुर प्रसाद ओदी कृपा त्यार वेले हो रही है। वो आज सच जुगा सच है भी सच नानक ओसी भी सच राइट फ्रॉम बिगनिंग तेरे पैदा होने तो भी पहला दी ओदी कृपा की बारिश हो रही है। तू पांडा सिद्धा नहीं कर रहा, पांडा सिद्धा कर कृपा पै जाएगी। एदा अर्थ की निकलिया कृपा मैं अपने भांडे च पवानी है। पवाण दा टांग है काम करो नगर बो भरिया मिल साधु खंडल खंडाए पूरब लिखत लिखे गुर पाया मन हरली मंडल मंडाए। की टांग है कर साधु अंजलि पुन वड्डा है कर डंडौत पुन वड्डा है। नम्रता नाल गुरु कोला तेरे भांडे च वस्त पै जाएगी। आकड़ के ना मैनु सब कुछ पता है, आकड़ के ना कि मैं सवेरे उठता हाँ, आकड़ के ना कि मैं तो इस तरह नंगे पैर जाता हाँ, आकड़ के ना कि मैं इन्ने घंटे चौकड़ा मारदा इन्नी माला फेरदा हाँ। नहीं तेरे को कोई भी आकड़ नहीं होनी चाहिए। निम्रता नाल आके टैप है, टैण का प्रतीक है भांडा। अच्छा सोए ज्योति भाव सी भांडा अत मलीन तोता अच्छा ना होए सी गुरु द्वारा होए सो जी पाए सी एत द्वारा धोए अच्छा होए सी साफ हो जाएगा। किवे हो जाएगा वो समझाएगा मैले हच्छे का विचार आप वरताए सी। वो समझा देगा व्हाट इज रॉन्ग व्हाट इज राइट। ओनू कहंदे ने पांडा तोए बैस धूप देवो तो दूधे को जाओ। किन्ना सिंपल है पर जदों ऐसियां गल्लां करदे आं असी ता स्टेज ते करद्या करद्या बार बार कुछ गल्लां रिकॉल हो जांदियां संगतां नूं रिपीट भी लगदियां होणगियां। पर मैं उन्हूं बड़ा इंपॉर्टेंट समझदा करना कि मैं निम्रता नाल आया सी कि मैं भांडा धो के उहदे च वस्त पवाउण आया सी कि मैं भांडा धोया नहीं। तां असी इक व्यंग बनाया सी कि एक वारी गुरुद्वारे दे बाहर जोड़िया दे उत्थे लिखिया सी यहां पर जोड़े उतार के और अपनी जुराबे भी उतार के जाओ। एक बंदा नवा नवा आया सी असी उन्हूं नाल लेके आए उन्हें क्या जुराबे उतारनी सी क्या हाँ उन्हें जुराबा उतार दित्तियां। वो साढ़े नाल अंदर आया फर्स्ट टाइम गुरुद्वारे आया सी अंदर आया साढ़े कोल बैठे उहदे पैरां चों बदबू आ रही सी जुराबा दी। असी क्या तुमने जुराबे नहीं बाहर उतारी? कहिंदा नहीं उतारी है। तो फिर बदबू क्यों आ रही है? कहिंदा मैंने जेब में डाली हुई है। ला तो दित्तियां पर जुराबा बदबूदार बोझे च पाई रखियां। वो बदबू मेरे आप मैला भांडे की मत का प्रतीक है। जे मैं आप जोड़े ते ला आया पर अंदर मैं उसे आकड़ ना लाया कि मैं बड़ा धर्मी हाँ, मैं गुरुद्वारे का प्रबंध करन जा रहा, मैं प्रबंधक हाँ, या मैं बड़ा वड्डा सेवादार हाँ, या मैनू बड़ी गुरसिखी आती है, मैं धर्म का ठेकेदार हाँ, तो फिर इस आकड़ नाल भांडा साफ नहीं होता। गुरु पातशाह कहंदे ने भांडा धोए बैस धूप देवो तो दूधे को जावो। अपने भांडे नू साफ करता दूध विच पै ही जाएगा। दूध ऑलरेडी अवेलेबल है। दूध करम फुनसुरत समायण होए निराश जमावो। सो रहाओ विच समझा के हुन पहले पदे विच कहंदे ने कर किरपा अपने कर आया। कर किरपा दा अर्थ निकलिया मन ने किरपा नू अडॉप्ट कीता इख्तियार कीता। मन ने विजडम लई तां निज घर विच आ गया। कर किरपा अपने कर आया। जदों असी अपने ते किरपा ना करिए सानू कोई नहीं सुधार सकता। बड़े सारे लोग मिलते ने जेड़े कहंदे ने सब कुछ करन नू तैयार हां अमृत छकन नू नहीं तैयार क्योंकि मैं शराब छोड़ नहीं सकता। लीवर खराब हो जाता है फिर वो अपने ते किरपा करना चाहते ने डॉक्टर को दवाई लेंदे ने पर फिर उन्हों का लीवर खराब होके कैंसर हो चुका होता है। जॉन्डिस दी लास्ट स्टेज होती है। टीट है अपने ते किरपा नहीं कर रहा। कई बार साडे नाल घरां भी चेंज होता है। असी क्रोध करते हैं क्रोध नाल अखा कटते हैं मूँह लाल हो जाता जीभ साडी थिड़कनी शुरू हो जाती है असी कंबना शुरू कर देंगे। घर वाले कहंदे ने अरे अपने उपर तरस करो तुम्हारे दिमाग की नस फट जाएगी हार्ट अटैक हो जाएगा ये क्या कर रहे हो। पर जैसे नहीं 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 इसने मेरे साथ ऐसे क्यों किया। भावे वह नौकर होए पत्नी होए दोस्त होए दुनिया का कोई मनुख होए रिक्शे वाला होए असी उस वेले जब तक क्रोध करते हैं ना तो अपने ते किरपा नहीं करते हैं। सतगुर की किरपा अवेलेबल है। हाउ टू बिहेव विवेक विचार कहते हैं इस शब्द में। सो कहते हैं
कर कृपा अपने कर आया ता मिल सखियां काज रचाया। कल दे शब्द च सखियां सी गावो गाओ 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 दुल्हनी, ओ दुल्हनी एक एक अंग इंद्र ज्ञान इंद्र नू एदे च सखी कहंदे ने। जदो मन अपनी सखियां नाल गल करदा ना तां उहनू असीं पढ़दे आं सखी आओ सखी वस आओ सखी, सखी आओ सखी वस आओ सखी, असी पीर का मंगल गावे, असी पीर का मंगल गावे, ताज मान सखी तजमान सखी, तजमान सखी मत अपने प्रीतम पावे, मत अपने प्रीतम पावे, सखी आओ सखी बस आओ सखी, सखी आओ सखी बस आओ सखी, सखी मेरी आँख, सखी मेरे कान, सखी मेरे इंद्र ज्ञान इंद्र, सखी मेरी जीव, ओ मेरी जीव गाला ना कड्या कर, सखी पिछे ओदी कामण ओदी सोचन दी आदत, जीव नू ते कोई अकल है ही नहीं, ओ जड़ी पिछे मत काम कर दी है उस कामण नू, कान जड़ी मत पिछे काम करते ने, निंदा करने वाले जड़ी मत काम करती है, वह सारिया कामण नू सखी कहते हैं और कहते ने वासी चा जा। जे मैं सोचा मेरिया अखा बहुत सुंदर हैं, जे मैं सोचा मैं गोरा बड़ा हाँ, जे मैं सोचा मेरा नक बड़ा सुंदर है, इन्हों सारिया नू कहना आकड़ ना करिया करो, ताज मान सखी ऐ मेरी अखों माण ना करया करो, नम्रता नाल लोकां नू देखिया करो, हमदर्दी नाल देखिया करो, प्यार नाल देखिया करो, नफरत नाल ना देखिया करो, हेटरेड लुक ना दिया करो, लेट डाउन करन वाली ना दिया करो, बस प्यार नाल देखिया करो, जेस्चर बॉडी लैंग्वेज पायस रिलीजियस किसी नू देख के ना जा तेरे को तो मैं माफ नहीं करूंगा, रादर ओ मेरी अखो ओ मेरी जबान ओदे वल वेख के हमदर्दी दी नजर करके पलका चुका के कहो जा तुझे माफ किया। क्यों माफ किया? क्योंकि मैं भी जेता समुन सागर नीर भरिया तेतिया उगुण मारे, मैं भी रब जी नूं कहिंदा मेरा गुण बख्श दिओ, तां रब जी मैनूं माफ कर दिंदे ने, मैं कौन होंदा तैनूं माफ ना करन वाला। बस इस तरह अखां निर्मल नीर होंदिया जांदिया, ये सारियां नूं कहिंदे ने तज मान सखी, जबान तज मान सखी, गल ना कढ़िया कर, भैड़े बोल ना बोलिया कर। ज्यों ज्यों असी अपने एक एक अंग नूं सतगुर दी मत लैके फिक्सअप कर देना है, इहनूं गुरमत दी भगती कहिंदे हन। बड़े लोग कहिंदे तुसीं हर शब्द विच साडे उत्ते टुका के सानू फिक्सअप करन दी गल करदे हो, रब दी ते गल ही नहीं करदे। साध संगत जी गुरबाणी अनुसार रब दी गल की है? हर का बिलोव ना मन का बिचारा, काहे रे बन खोजन जाई सर्वनिवासी, सदा लेपा तो ही संग समाई, रब दी गल कीती है। और फिर कहिंदे ने पोहप मत जो बास बसता मुकर माए जैसे चाई, जैसे फूल में खुशबू होती है, मुकर माए जैसे छाई, जैसे लकड़ी के अंदर आग होती है, तैसे ही यार बसे निरंतर काठी खोजो पाई, भगवान तेरे अंदर रहता। हूं भगवान दी गल करके, फूल दे अंदर खुशबू दी गल करके, बनस्पति दे अंदर आग दी गल करके अंदर मेरे ले आए। आग अंदर आग कहंदे ने बाहर पीतर एको जानो ए गुर ज्ञान बताई, जन नानक बिन आपा चीन है। ले सारा शब्द रब दी गल करदे करदे मेरे वाल घुमा दिता, तेरे को अपनी इंट्रोस्पेक्शन करनी है। जन नानक बिन आपा चीन है, अपनी पड़चोल कीते बिना मिटे ना भ्रम की काई, तेरे को भगवान नजर नहीं आएगा। बार बार से भगवान की बातें करी जाना, उच्ची उच्ची गल्ला करी जाना, फलाने ने इंज किया उस वेले इंज हो गया सी, फिर इंज हो गया सी, ते फिर उंज हो गया सी। साध संगत जी राकेट आ गए सन या जहाज आ गए सन,
ਇਹਨਾਂ ਗੱਲਾਂ ਨੂੰ ਅਸੀਂ ਨਹੀਂ ਵਿਚਾਰਨਾ, ਅਸੀਂ ਇਹ ਵਿਚਾਰਨਾ ਅੱਜ ਮੇਰੇ ਵਾਸਤੇ ਬੇਬਾਣ ਭੇਜ ਦਿਓ। ਬੇਬਾਣ ਹੁੰਦਾ ਉੱਚੇ ਉੱਚੇ ਚੰਗੇ ਚੰਗੇ ਗੁਣ। ਬੇਬਾਣ ਲੈ ਕੇ ਕੱਲ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਸਨ, ਕਹਿ ਰਹੇ ਸਨ, ਸੁਰ ਨਰ ਮੁੰਜਨ ਕੌਤਕ ਆਏ ਕੋਟ 33 ਉਜਾਨਾ। ਉਜਾਨਾ ਹੁੰਦਾ ਬੇਬਾਣ, ਉੱਚਾਈ, ਉੱਚੀ ਅਵਸਥਾ, ਐਲੀਵੇਸ਼ਨ ਦੀ ਪ੍ਰਾਪਤ ਕਰਨ ਵਾਸਤੇ ਕਾਮਨੈਸ, ਸਬਰ, ਸੰਤੋਖ ਨੂੰ ਸੁਰ ਨਰ ਮੁੰਜਨ ਕਹਿੰਦੇ ਨੇ। ਇਹ ਸਾਨੂੰ ਲੈ ਕੇ ਚੱਲਦੇ ਨੇ। ਸੋ ਕਰ ਕਿਰਪਾ ਆਪਣੇ ਘਰ ਆਇਆ, ਜਦੋਂ ਅਸੀਂ ਆਪਣੇ 'ਤੇ ਕਿਰਪਾ ਕਰਦੇ ਹਾਂ ਤਾਂ ਉਸ ਦੇ ਸਦਕੇ ਸਾਰੇ ਔਰਗਨਸ ਰੱਬ ਜੀ ਦੇ ਨਾਲ ਵਿਆਹੇ ਜਾਣ ਦਾ ਕਾਰਜ ਸ਼ੁਰੂ ਹੋ ਜਾਂਦਾ, ਘਰ ਵਿੱਚ ਆ ਗਿਆ। ਜੇਕਰ ਮੈਂ ਆਪ ਜੀ ਦੇ ਨਾਲ ਇਸ ਸ਼ਬਦ ਦੇ ਲਫਜ਼ੀ ਅਰਥ ਕਰ ਲਵਾਂ ਤਾਂ ਫਿਰ ਮੈਂ ਬੇਨਤੀ ਕਰਾਂਗਾ ਕਿ ਆਪਣੇ ਘਰ ਜਾ ਕੇ 12 ਮਾਹ ਮਾਝ ਮਹਿਲਾ 5 ਦਾ ਸਾਵਣ ਸਰਸੀ ਕਾਮਣੀ ਘਰ ਜਾ ਕੇ ਪੜ੍ਹਨਾ, ਔਰ 12 ਮਾਹ ਤੁਖਾਰੀ ਮਹਿਲਾ 5 ਦਾ ਸਾਵਣ ਸਰਸ ਮਨਾ ਕਾਣਵਰ ਸਹਿਰ ਉਤਾਏ ਜ਼ਰੂਰ ਪੜ੍ਹਨਾ। ਮੈਂ ਹੁਣੇ ਲਫਜ਼ੀ ਅਰਥ ਕਰਕੇ ਆਪਣੇ ਟੋਪਿਕ ਨੂੰ ਕੰਕਲੂਡ ਕਰਦਾ, ਜੇ ਮੇਰੇ ਕੋਲ ਸਮਾਂ ਹੋਇਆ ਤਾਂ ਮੈਂ ਤੁਹਾਡੇ ਨਾਲ ਲਿੰਕ ਕਰਕੇ ਬਾਣੀ ਨੂੰ ਹੋਰ ਸਮਝਣ ਦਾ ਯਤਨ ਕਰਾਂਗਾ। ਖੇਲ ਦੇਖ ਮਨ ਆਨੰਦ ਪਿਆ, ਸਖੀਆਂ ਨੇ ਕਾਰਜ ਸ਼ੁਰੂ ਕਰ ਦਿੱਤਾ। ਸਾਰੇ ਗਾਓ ਗਾਓਰੀ ਦੁਲਹਨੀ ਮੰਗਲ ਚਾਰਾ, ਸਾਰੇ ਮੰਗਲ ਚਾਰਾ ਗਾ ਰਹੇ ਨੇ। ਸਾਡਾ ਮੰਗਲ ਚਾਰਾ ਨਹੀਂ ਗਾਉਂਦੇ ਨੇ, ਸਾਡੇ ਰੱਬ ਦੀ ਇੱਕ ਮਿਕਤਾ ਵਾਲਾ ਗੁਣ ਨਹੀਂ ਗਾਉਂਦੇ ਨੇ। ਕੰਨ ਕੁਛ ਹੋਰ ਕਰਨਾ ਚਾਹੁੰਦੇ ਨੇ, ਅੱਖਾਂ ਕੁਛ ਹੋਰ ਕਰਨਾ ਚਾਹੁੰਦੀਆਂ। ਅੱਜ ਕੱਲ੍ਹ ਦੇਖ ਰਹੇ ਹੋ ਨਾ, ਸਾਡੇ ਨਾਲ ਬੀਤ ਰਹੀ ਹੈ ਨਾ, ਮੰਗਲ ਚਾਰਾ ਨਹੀਂ ਗਾ ਰਹੇ, ਵੀ ਆਰ ਡਿਸਟ੍ਰੈਕਟਿਡ। ਮੈਂ ਫੋਨ ਪੇ ਬਾਤ ਕਰ ਰਹਾ ਹੂੰ, ਮੈਂ ਫੋਨ ਪੇ ਐਸੇ ਐਸੇ ਕਰ ਰਹਾ ਹੂੰ, ਮੰਮੀ ਕੋਈ ਬਾਤ ਕਰ ਰਹੀ ਹੈ, ਅੱਛਾ ਨਾ, ਅੱਛਾ ਹਾਂ ਹਾਂ ਠੀਕ ਹੈ, ਮੈਂ ਦਰਵਾਜ਼ਾ ਬੰਦ ਕਰ ਦੂੰਗਾ, ਠੀਕ ਹੈ ਲਾਈਟ ਬੰਦ ਕਰ ਦੂੰਗਾ, ਠੀਕ ਹੈ ਬਾਹਰ ਕਾਰ ਮੈਂ ਵੀ ਕਰੂੰਗਾ। ਆਪਣਾ ਕੰਮ ਕਰਦੇ ਰਹੇ, ਮੰਮੀ ਸੋ ਗਈ, ਸੁਬਹੇ ਉੱਠੀ, ਨਾ ਦਰਵਾਜ਼ਾ ਬੰਦ ਕੀਆ ਥਾ, ਨਾ ਕਾਰ ਬੰਦ ਕੀ ਥੀ, ਨਾ ਲਾਈਟ ਬੰਦ ਕੀ ਥੀ। ਸੁਬਹਾ ਮੰਮੀ ਪੁੱਛਦੀ ਹੈ ਸੁਣਾ ਨਹੀਂ, ਕਿਉਂ ਨਹੀਂ ਸੁਣਾ, ਕਿਉਂਕਿ ਮੇਰੇ ਧਿਆਨ ਸਭ ਕੁਛ ਇੱਥੇ ਵੜਿਆ ਹੋਇਆ ਸੀ, ਮੈਂ ਡਿਸਟ੍ਰੈਕਟਿਡ ਸੀ। ਜਦੋਂ ਅਸੀਂ ਡਿਸਟ੍ਰੈਕਟਿਡ ਪਰਸਨੈਲਿਟੀ ਹੋ ਜਾਂਦੇ ਹਾਂ ਨਾ, ਤਾਂ ਸਾਡਾ ਜੀਵਨ ਬਰਬਾਦ ਹੋ ਜਾਂਦਾ ਹੈ। ਅੱਜ ਵੀ ਅਸੀਂ ਸੈੱਲਫੋਨ ਵੀ ਯੂਜ਼ ਕਰ ਸਕਦੇ ਹਾਂ, ਗਿਜ਼ਮੋ ਵੀ ਯੂਜ਼ ਕਰ ਸਕਦੇ ਹਾਂ, ਕਾਰ ਵੀ ਚਲਾ ਸਕਦੇ ਹਾਂ, ਜਿਤਨਾ ਮਾਡਰਨ ਵਰਲਡ ਹੈ ਇਸਨੂੰ ਇਗਨੋਰ ਕੀਤੇ ਬਿਨਾਂ। ਲੇਕਿਨ ਇਹ ਸੋਚਣਾ ਮੈਂ ਜਾਗ ਰਿਹਾ, ਜੇ ਮੈਂ ਜਾਗ ਰਿਹਾ ਮੈਂ ਫੋਨ ਯੂਜ਼ ਕਰਾਂਗਾ। ਲੇਕਿਨ ਅਗਰ ਮੇਰੀ ਮਾਂ ਨੇ, ਮੇਰੇ ਪਿਤਾ ਨੇ, ਮੇਰੇ ਪਤੀ ਨੇ, ਮੇਰੀ ਪਤਨੀ ਨੇ, ਮੇਰੇ ਬੱਚੇ ਨੇ ਆਵਾਜ਼ ਮਾਰੀ, ਕਿਸੇ ਬੁੱਢੇ ਕੋ ਜ਼ਰੂਰਤ ਪੜ ਗਈ, ਕਿਸ ਕੋ ਸੜਕ ਪਰ ਜ਼ਰੂਰਤ ਪੜ ਗਈ, ਤਾਂ ਮੈਂ ਇਸ ਕੋ ਛੋੜ ਸਕਦਾ ਹੂੰ ਔਰ ਉਸ ਤਰਫ ਧਿਆਨ ਕਰ ਸਕਦਾ ਹੂੰ। ਹਾਂ ਜੀ ਮਾਂ ਜੀ, ਤੁਸੀਂ ਕੀ ਕਹਿੰਦੇ ਹੋ, ਠੀਕ ਹੈ, ਛਿੱਥਾ ਨਾ ਪਵਾਂ, ਟਿਊਨਡ ਹੋ ਗਏ। ਸਖੀਆਂ ਨੇ ਕਾਜ ਰਚਨਾ ਸ਼ੁਰੂ ਕਰ ਦਿੱਤਾ। ਸਤਸੰਗ ਜੀ, ਮੈਨੂੰ ਇੰਝ ਲੱਗ ਰਿਹਾ ਹੈ, ਜਿਤਨੀ ਬਾਣੀ ਪੜ੍ਹੀ ਜਾ ਰਿਹਾ ਮੈਨੂੰ ਇੰਝ ਲੱਗ ਰਿਹਾ, ਧਰਤੀ 'ਤੇ ਪਹਿਲਾਂ ਮਜ਼ਹਬ ਕੋਈ ਨਹੀਂ ਸੀ। ਮਨੁੱਖ ਮਨੁੱਖ ਨੂੰ ਮਾਰਦਾ ਸੀ, ਮਨੁੱਖ ਜਾਨਵਰ ਮਾਰ ਮਾਰ ਕੇ ਢੇਰ ਸਾਰੀ ਉਹਨਾਂ ਦੀਆਂ ਹੱਡੀਆਂ ਗਲੇ 'ਚ ਪਾ ਲੈਂਦਾ ਸੀ, ਜਿਤਨੀਆਂ ਹੱਡੀਆਂ ਗਲੇ 'ਚ ਪਾਉਂਦਾ ਸੀ ਉਤਨਾ ਆਪਣਾ ਮਾਈਟ ਤਾਕਤ ਸ਼ੋ ਕਰਦਾ ਸੀ, ਢੇਰ ਸਾਰੀਆਂ ਇਸਤਰੀਆਂ ਪਕੜ ਲੈਂਦਾ ਸੀ, ਮੈਂ ਤਾਕਤਵਰ ਹੂੰ। ਅੱਜ ਦੀ ਡੇਟ 'ਚ ਵੀ ਹਾਥੀ, ਡਾਰਵਿਨ ਥਿਓਰੀ, ਕਮ ਅਜ਼ ਕਮ 348 ਹਥਨੀਆਂ ਨੂੰ ਰੱਖਦਾ ਆਪਣੇ ਜੰਗਲ 'ਚ, ਔਰ ਉਸ ਏਰੀਏ 'ਚ ਕਿਸੇ ਹੋਰ ਹਾਥੀ ਨੂੰ ਨਹੀਂ ਆਉਣ ਦਿੰਦਾ। ਇਸ ਤਰ੍ਹਾਂ ਇਨਸਾਨ ਮਰਦਾਨਗੀ ਕਰਦਾ ਸੀ, ਬੱਚੇ ਪੈਦਾ ਹੋ ਜਾਂਦੇ ਸਨ, ਪਤਾ ਨਹੀਂ ਲੱਗਦੇ ਸੀ ਕਿਹਦੇ ਬੱਚੇ ਨੇ, ਇਸਤਰੀ ਵੀ ਦੁਖੀ ਹੁੰਦੀ ਸੀ, ਬੱਚੇ ਵੀ ਦੁਖੀ ਹੁੰਦੇ ਸੀ, ਕੁਛ ਪਤਾ ਨਹੀਂ ਸੀ ਲੱਗਦਾ, ਸਾਰਾ ਜੰਗਲ ਰਾਜ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ, ਮੈਂ ਪੜ੍ਹਿਆ ਨਹੀਂ ਕਿਧਰੇ, ਮੈਂ ਉਹ ਪਾਸਟ 'ਚ ਜਾ ਰਿਹਾ, ਸਮਝ ਰਿਹਾ ਸ਼ਾਇਦ ਐਸੇ ਹੋਤਾ ਹੋਗਾ। ਫਿਰ ਆਸਤਾ 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 ਸਿਵਿਲਾਈਜੇਸ਼ਨ ਆਈ। ਯਾਰ ਨਹੀਂ, ਇੱਕ ਨਾ ਸ਼ਾਦੀ ਕਾ ਇੰਸਟੀਟਿਊਸ਼ਨ ਹੋਣਾ ਚਾਹੀਏ, ਇੱਕ ਪਤੀ ਔਰ ਇੱਕ ਪਤਨੀ ਹੋਣੀ ਚਾਹੀਏ, ਔਰ ਇਨਮੇ ਸੇ ਜੋ ਬੱਚਾ ਹੋਗਾ ਉਸਕੋ ਇਨ ਮੰਮੀ ਪਾਪਾ ਕਾ ਧਿਆਨ ਰੱਖਣੇ ਕਾ ਫਰਜ਼ ਹੈ। ਘਰ ਬਣੇ, ਖੇਤੀਬਾੜੀ ਸ਼ੁਰੂ ਹੋਈ, ਕੰਮਕਾਜ ਸ਼ੁਰੂ ਹੋਏ, ਕਮਾਈਆਂ ਸ਼ੁਰੂ ਹੋਈਆਂ, ਔਰ ਮਨੁੱਖ ਨੇ ਇੱਕ ਦੂਜੇ ਦੇ ਨਾਲ ਮਿਲਵਰਤਨ ਸ਼ੁਰੂ ਕੀਤਾ, ਉਹਨੂੰ ਕਹਿੰਦੇ ਨੇ ਸਿਵਿਲਾਈਜੇਸ਼ਨ। ਸਿਵਿਲਾਈਜੇਸ਼ਨ ਸ਼ੁਰੂ ਹੋਈ, ਸਿਵਿਲਾਈਜੇਸ਼ਨ ਤੋਂ ਬਾਅਦ ਰਾਜ ਆ ਗਿਆ। ਰਾਜ ਵਿੱਚ ਮਨੁੱਖ ਆਪਣੀ ਮਰਜ਼ੀ ਕਰਦਾ ਸੀ, ਪ੍ਰਜਾ ਨੂੰ ਦੁਖੀ ਰੱਖਦਾ ਸੀ, ਅੰਧੀ ਰਹੀਤ ਗਿਆਨ ਵੀ ਹੋਣੀ ਭਾਏ ਪਰੇ ਮੁੜਦਾਰ, ਔਰ ਜੈਸਾ ਰਾਜਾ ਵੈਸੀ ਪ੍ਰਜਾ, ਸਾਰਾ ਗੜਬੜ ਚੱਲਦਾ ਸੀ। ਆਸਤਾ ਆਸਤਾ ਲੋਕਤੰਤਰ ਆ ਗਿਆ, ਡੈਮੋਕ੍ਰੇਸੀ ਆ ਗਈ, ਸਭ ਕੁਛ ਹੋ ਗਿਆ, ਲੇਕਿਨ ਮਨੁੱਖ ਹੁਣੇ ਵੀ ਡਿਸਟਰਬਡ ਹੈ। ਮਨੁੱਖ ਆਪਣੀ ਮਨ ਮਰਜ਼ੀ ਕਰੀ ਜਾ ਰਿਹਾ ਹੈ, ਜਿਉਂ ਜਿਉਂ ਇਹ ਮਨ ਮਰਜ਼ੀ ਕਰਦਾ ਜਾ ਰਿਹਾ, ਡਿਸਟਰਬ ਹੋ ਰਿਹਾ, ਤਾਂ ਮੈਨੂੰ ਇਹ ਲੱਗ ਰਿਹਾ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਉਸ ਵੀ ਸੱਚ ਦਾ ਮਤਲਬ ਹੈ ਕਿ ਮਨੁੱਖ ਨੂੰ ਅੰਦਰੋਂ ਧਰਮ ਫੁੱਟਿਆ,
मनुख नू अंदरों धर्म समझ आया। इस नू गुरु साहब ने मनुखता दे भले वास्ते सौखे लफ्जों विच खोल के समझाया कि तू ए मन मर्जी की खिचा ता नहीं करेगा ना, इनू समझना होए ना। मैं सलाम करता हूं उस इंसान का ना नहीं मैं पता जिसने रेड लाइट बनाई सी। ए रेड लाइट क्या है? ट्रैफिक में ना आस्ता आस्ता ऐसे रेड होगी, फिर पीली होगी, फिर ग्रीन हो जाएगी। जिनकी ग्रीन हो जाएगी वो चले जाएंगे, रेड वाले खड़े हो जाएंगे, फिर इनकी ग्रीन हो जाएगी वो चले जाएंगे। पता नहीं किस बंदे का दिमाग सी, वरना क्या होता? ट्रैफिक जैम होता, सारे क्रॉसिंग पर खड़े होके लड़े रहते, कारों में से एक दूसरे को सिर निकाल के गालियां निकाल रहे होते। ए सिस्टम, ए रेड लाइट का सिस्टम बाहर है ना, इस तरह धर्म अंदर मैनू सिस्टम सिखाता है कि दूजे नाल पंगे ना लिया कर, नम्रता विच रहा कर, अपनी रूलिंग ना चाड़िया कर, डू नॉट डोमिनेट अदर्स। इस तरह धर्म अपने ते अप्लाई करांगे बड़ी नॉर्मल ढंग दे नाल, फ्री ढंग दे नाल, रेड लाइट का ट्रैफिक चलता रहेगा आराम दे नाल। चारों पासे किसी नु दुखी नहीं करांगे, किसी नु डोमिनेट नहीं करांगे, किसी नाल नफरत नहीं करांगे, मन मर्जी नहीं करांगे। जे मन मर्जी करदे आ उन्हां नु रजोगुण दा रोग कहिंदे ने। सानू तीन रोग होंदे ने, रजगुण, तमगुण, सतगुण। इन्हां नु तीन भवन भी कहिंदे ने, रजो तमो सतो। वो वाला रोग ना तैनू लग जाए, गुरु सपाशाह फिक्स अप करांदे ने, सखियां दा काज रचदे ने। और जदों सखियां काज रचना शुरू कर दें, मेरिया अखां नाल मैनू ना लोकां नाल नफरत छड़नी आ गई, मैं ना रिक्शे वाले नूं भी प्यार नाल देखना शुरू कर दिता है। साड़ी पिछे इत्थे एक सैमीनार होया, उहदे विच उन्होंने वर्ल्ड वाइड प्रोमीनेंट सिखा ने कुछ कौम वास्ते कोई भले का काम किया, उन्होंने अवार्ड दिते, सानू भी अवार्ड दिता भी तुसी भी उन्होंने वन ऑफ दोज 500 हो। तो उत्थे उन्होंने नीतीश कुमार नूं बुलाया, तो मैं बेनती की कि नीतीश कुमार जी का धन्यवाद कि इन्होंने गुरु गोबिंद सिंह जी के वहाँ पर 350 साल पूर्व पर इतनी सेवा करी, आज उसके कारण सारे बिहार का नाम ऊंचा हो गया। तो अगर रिक्शे वाले को भी हम मिलेंगे ना, तो उसको भी धन्यवाद से प्यार से मिलेंगे, रिक्शे वाले भैया, उन्हें बिहारी भैया नहीं कहेंगे। जबान बदल गई, सखिया ने काज रच लिया, अखा बदल गई, सखिया ने कहा। ये सात संगत जी जो अपनी अवस्था बदल जाती है ना, इनू गुरबाणी खेल कहते हैं। सो गुरबाणी का खेल चोज कौतक इनू नहीं कहते ने, उसने उसको मारा भगवान का खेल, उन्होंने वो धी नू मार दिता दाज दे ना एटा भगवान का खेल, एक कौम ने दूसरी कौम को मार दिया भगवान का खेल, एक बंदे को वोटे ज्यादा मिल गई जैसे मर्जी मिल गई, वोटे मिल गई उसको कुर्सी मिल गई भगवान का खेल, एक कुर्सी पर चढ़ गया एक कुर्सी से उतर गया भगवान का खेल। इनू गुरमत विच भगवान का खेल नहीं कहते ने, गुरमत विच भगवान का खेल कहते ने इस अवस्था नू कि मैं पहला पैड़ अवगुणा दे नाल जमा दे नाल ही लड़दा रह जांदा सी और हार जांदा सी। ए भगवान का खेल है कि गुसाई दा पहलवानड़ा मैनू बुलाया हो, गुरमिल उच दुमालड़ा मैनू ना विकारां दे नाल कॉम्बैट करना सिखा दिता, हूँ मैं विकारा दे नाल लड़ सकता, मैनू अलर्ट कर दिता। श्री राम नामा उचर मना आगे जमदल बिखम कना। बी केयरफुल, बी अलर्ट। चारों पासे सर्वर पंखी एकड़ो फाही वाल 50, बड़े सारे शिकारी चारों पासे बैठे ने। सोच समझ के टुरिया कर, सोच समझ के एक्शन लिया कर, सोच समझ के बोलिया कर, सोच समझ के आस्ता आस्ता, सोच समझ के करन नाल की होंदा है, सहज आ जांदा है, सबर आ जांदा है, संतोख आ जांदा है, खाना पीना घट जांदा है, गालना खत्म होंदिया जांदियां। इनू गुरमति च खेल कहिंदे ने। शब्द नू आप पढ़ के देख लो, जदों गुरु पातशाह कह रहे ने कर कृपा अपने घर आया ता मिल सखियां काज रचाया, काज शुरू होया, इनू कहिंदे ने खेल देख मन आनंद पिया। इस खेल नू देख के, इस नू गुरबाणी च खेल कहिंदे ने, और इस नू रंग तमाशा पूरन आशा कहिंदे ने। हुण तुसी जदों किथे भी कोई बाणी दी विचार सुनोगे ना, जे तुहानू कोई बंदा कहे कि फलाणा मर गया, फलाणा एक्सीडेंट नाल मर गया, फलाणे दा मकान बन गया, फलाणे दा मकान ढह पिया, फलाणा अमीर हो गया, फलाणा गरीब हो गया, फलाणे दे घर चार पुत्र जम पे ने, फलाणे दीआं 7 धीआं हो गईआं सी, इस सारे खेल को भगवान का खेल कहिंदे ने, तां उस वेले सोचना इह गुरमत बयान नहीं कर रहा,
अकॉर्डिंग टू शब्द स्लॉट पाइपलाइन इको थॉट प्रोसेस अंदर गुरु साहब कहते ने जो इंद्रे ज्ञान इंद्रे सच वाल टुर पेंदे ने एनु गुरबाणी च रब दा खेल कहते हैं रग दा कौतक कहते हैं रब दा चोज तमाशा कहते हैं। और पिछे अमेरिका किसी टीवी वाले ने मेरे इंटरव्यू ली तो उन्होंने मैं पूछा सी गुरमत करामात मनती है कि नहीं। मैं उन्होंने बेनती की हाँ जी करामात मनती है। कहते कि मैं कह सारी दुनिया सब तो मुश्किल करामात पता की है सब तो मुश्किल करामात है सोचनी दा टांग बदल देना उन्हों कहते ने पैराडिम शिफ्ट कर देना नानक सा करमात साहिब तुठे जो मिले सतगुर जेड़ी मत बख्शदा उस मत नू लेके मेरा सोचनी दा टांग बदल गया। हार्डेस्ट टास्क ऑन दिस अर्थ के बंदे दा तुसी सोचनी दा पैराडिम शिफ्ट करा दियो ऐ गुरमत दी करामात है। काश असी गुरमत दे कॉन्सेप्ट नू समझिए वरना ते असी बार लिया करामातां दे चक्करां विच पए रहिंदे आं और सोचदे आं मैं बड़ा गुरु जी की भगती करन लग पिया और मैं विश्वासी हो गया। गुरु पातशाह कहंदे ने अपने इंद्रिय ज्ञान इंद्रियां नूं सच पासे पा खेल देख मन आनंद पिया तां तैनूं आनंद आना शुरू हो जाएगा। और इस आनंद वाले मन नूं शौ कहंदे ने शौ व्याहण आया मन रब जी नाल इकमिक हो गया इस शरीर नूं साडे सारे ऑर्गन्स दा विजडम नाल ट्यून्ड होना वेख के मन नूं आनंद आ गया। दैट्स हाउ मन ने सब नूं व्याह लिया। मन ने अखां नूं भी कहा नेत्रो मेरे और तुम मैं ज्योतरी अरबी नवर ना देखो कोई रसना नूं भी कहा रसना तू अनस राच रही तेरी प्यास ना जाए। कन्ना नूं कहा श्रवणो मेरे साचा सुनन उपठाए। इस तरह मन ने सारिया नूं सुनिया देना शुरू कर दिता। मन इस घर दा रियल सेंस च खसम मालक पति शौ राजा राम पतार बन गया। आनंद कारज किस तरह होंदा गुरु नानक साहब पॉसिबिलिटी बना के समझा रहे ने दैट्स हाउ यू कैन हैव इट। पदा दूजा पदे दूजे च कहंदे ने गुरु द्वारा हमरा व्याज हुआ। ए द्वारा का मतलब क्यों होंगे द्वारा द्वारा मतलब ओदे राई मीन्स थ्रू दैट मीन्स बाई दैट मीन्स ओदी कृपा का सदका। गुरु द्वारा एक तो साडा गुरुद्वारा में आनंद कारज होंगे असं उन्होंने व्याह समझते हाँ और जो व्याह होंगे वह लावा लै लेंगे ने रागी सिंह जी फटाफट पढ़ना शुरू कर देंगे ने गुरुद्वारे हमारा व्याह जो है दूजा पढ़ना पूरी आसा जी मनसा मेरे राम। वह मनसा केड़ी पूरी हो गई मैं सोचा सी रब जी मनु विजडम वाला स्पिरिचुअलिटी वाला बंदा बना दियो मेरी आशा पूरी हो गई। इस आशा की नहीं गल चल रही कि मनु फलानी कुड़ी दे नाल व्याह कराना है देखो व्याह पूरा हो गया आशा जी मनसा जी मेरे राम। सतसंग जी ये असी उस कारज आनंद कारज दे वेले वाले शब्द पढ़ते हाँ। दरअसल शब्द इंडिविजुअल दा हर एक इंसान दा रब जी नाल इकमिकता दे बारे शब्द है। सो कहंदे ने गुरु द्वारा हमरा व्याह जे हुआ गुरु दी मत दे राही। जदों आएगा द्वार तां दद्दे दे पैरां थले ववा होएगा और रारा जे बवा नहीं होएगा दद्दे नूं औंकड़ होएगी ऐड़ा कन्ना होएगी रारे नूं औंकड़ होएगी। गुरु द्वार ओ द्वार होंदा डोर डोर होंदा दरवाजा दरवाजा होंदा दर। इत्थे गुरु द्वार है तो मतलब गुरु के थ्रू गुरु दे राई। गुरु द्वार है हमरा व्याह जे हुआ हमरा कौन है प्लूरल बहुवचन कौन कह रही ने सारियां सखियां सारियां दुल्हनी कल जड़ा रिसी पढ़िया सी गाओ गाओ री दुल्हनी सारियां रल के कह रही साडा व्याह हो गया कि होया मन परदेसी घर आ गया। आजकल एक एडवर्टीजमेंट देख रहे हो पत्नी कहती क्या बात है घर में भी आके ऑफिस का काम करते रहते हो घर आके भी असी बाहरलियां गल्लां करते रहिए ऑफिस दियां गल्लां करते रहिए और लोगों दी गल्लां करदे रहिए तां मेरा मन मेरे घरों बाहर गया होया है। उन्हूं कहंदे ने बाहर पराए बैसना दूसरे दे बूहे ते बैठा रहना साईं मुझे ना दे मेरी अवस्था ना रखो
ਕਿ ਮੈਂ ਆਪਣੇ ਆਪ ਤੋਂ ਬਾਹਰ ਨਿਕਲ ਕੇ ਦੂਜਿਆਂ ਦੀਆਂ ਗੱਲਾਂ ਕਰ ਦੇਣਾ। ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰ ਹੋਲੇ, ਇਹਦੇ ਮਰਨ ਦੀ ਅਵਸਥਾ ਹੋਈ, ਜਿਉਂਦੇ ਦੀ ਮਰ ਗਏ ਕਿ ਮੈਂ ਆਪਣੇ ਘਰ ਹੀ ਨਹੀਂ ਆ। ਅਸੀਂ ਜਿੱਥੇ ਹੋਈਏ ਉੱਥੇ ਪ੍ਰੈਜੈਂਟ ਹੋ ਜਾਈਏ, ਉਹਨੂੰ ਕਹਿੰਦੇ ਨੇ ਅੱਜ ਹੁਣੇ ਅੱਬ ਨਾਓ ਵਿੱਚ ਹੋਣਾ, ਹਾਈਟ ਆਫ ਸਪਿਰਚੁਐਲਿਟੀ, ਰੱਬ ਨਾਲ ਇਕਮਿਕਤਾ ਦੀ ਅਵਸਥਾ, ਵੀ ਜਿੱਥੇ ਹਾਂ ਉੱਥੇ ਹਾਂ। ਅਸੀਂ ਗੁਰਦੁਆਰੇ ਹੁੰਦਿਆਂ ਦਿਮਾਗ ਕਿਧਰੇ ਹੋਰ ਹੁੰਦਾ ਹੈ, ਜਿੱਥੇ ਹੁੰਦੇ ਆ ਉੱਥੇ ਕਹਿੰਦੇ ਯਾਰ ਅੱਜ ਗੁਰਦੁਆਰੇ ਜਾਣਾ, ਸੂਬੇ ਗੁਰਦੁਆਰੇ ਨਹੀਂ ਗਿਆ, ਬਿਜ਼ਨਸ ਮੈਂ ਘਾਟਾ ਪੜ ਗਿਆ, ਅੱਜ ਨਿਤਨੇਮ ਹੀ ਨਾ ਕੀ ਆਤਾ, ਗੁਰੂ ਸਾਹਿਬ ਨੇ ਟੱਕਰ ਕਰਾ ਦੀ ਆ, ਮੈਂ ਬਚਪਨ ਹੀ ਜਾਂਦੀ ਸੋਚਦਾ ਸੀ ਅੱਜ ਗੁਰਦੁਆਰੇ ਨਹੀਂ ਗਿਆ, ਅੱਜ ਗੁਰਦੁਆਰੇ ਨਿਤਨੇਮ ਨਹੀਂ ਕੀਤਾ ਤਾਂ ਹੀ ਮੇਰੀ ਟੱਕਰ ਹੋ ਗਈ ਆ, ਅੱਜ ਐਗਜ਼ਾਮ ਵਿੱਚ ਫੇਲ ਹੋ ਗਿਆ ਕਿਉਂਕਿ ਪਾਠ ਨਹੀਂ ਸੀ ਕੀਤਾ। ਗੁਰੂ ਸਾਹਿਬ ਸਜ਼ਾ ਨਹੀਂ ਦਿੰਦੇ ਨੇ, ਕਰੂਅਲ ਨਹੀਂ ਨੇ, ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਅਸੀਂ ਚੀਜ਼ਲ ਨਾ ਕਰੀਏ, ਉਹ ਵੱਡੇ ਹੋ ਕੇ ਰੂਡ ਹੋ ਜਾਣਗੇ, ਉਹ ਕਰੂਡ ਰਹਿ ਜਾਣਗੇ, ਉਹ ਰੋ ਰਹਿ ਜਾਣਗੇ, ਉਹ ਗੁਰਮਤ ਦੇ ਕੋਨਸੈਪਟ ਨਹੀਂ ਸਮਝ ਪਾਣਗੇ ਕਿ ਮਿੱਠ ਬੋਲਣ ਜੀ ਨੇ ਰੱਬ ਜੀ। ਦੈਟ ਡਸ ਨੋਟ ਮੀਨ ਅੰਮ੍ਰਿਤ ਵੇਲੇ ਨਾ ਉੱਠੀਏ, ਦੈਟ ਡਸ ਨੋਟ ਮੀਨ ਗੁਰਦੁਆਰੇ ਨਾ ਜਾਈਏ, ਦੈਟ ਡਸ ਨੋਟ ਮੀਨ ਨਿਤਨੇਮ ਨਾ ਕਰੀਏ, ਦੈਟ ਡਸ ਨੋਟ ਮੀਨ ਰੱਬ ਦਾ ਨਾਂ ਨਾ ਲਈਏ, ਨਹੀਂ, ਦੈਟ ਮੀਨਸ ਕਰੀਏ ਸਭ ਕੁਛ, ਪਰ ਜਿਸ ਦਿਨ ਰਹਿ ਜਾਏ ਬਾਈ ਚਾਂਸ ਤਾਂ ਰੱਬ ਜੀ ਸਜ਼ਾ ਨਹੀਂ ਦਿੰਦੇ ਨੇ। ਰੱਬ ਜੀ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ, ਇਤਨੀਆਂ ਕਿਸਮਾਂ ਦੀਆਂ ਮਨ ਮਤ ਔਰ ਪਾਖੰਡ ਔਰ ਭਰਮ ਵਿਛਾ ਦਿੱਤੇ ਗਏ ਨੇ ਕਿ ਅੱਜ ਸਾਡੇ ਵਰਗੇ ਜਦੋਂ ਗੱਲ ਕਰਦੇ ਨੇ ਉਹ ਐਂ ਲੱਗਦਾ ਪਤਾ ਨਹੀਂ ਕਿਹੜੀਆਂ ਗੱਲਾਂ ਕਰਦੇ ਪਏ ਨੇ। ਸਤਸੰਗ ਜੀ ਅਸੀਂ ਗੁਰਮਤ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਦੁਆਰਾ ਹਮਰਾ ਵਿਆਹ ਜੇ ਹੋਆ ਜਾਂ ਸ਼ੋ ਮਿਲਿਆ ਤਾਂ ਜਾਣਿਆ, ਸਾਰੇ ਕਹਿ ਰਹੇ ਨੇ ਮਨ ਘਰ ਆ ਗਿਆ ਹੁਣ ਜਾਣ ਲਿਆ ਇਸ ਅਵਸਥਾ ਦਾ ਸਵਾਦ, ਇਹਨੂੰ ਆਨੰਦ ਕਹਿੰਦੇ ਨੇ। ਜਦੋਂ ਅਸੀਂ ਪ੍ਰੋਗਰਾਮਾਂ ਤੋਂ ਬਾਅਦ ਪੜ੍ਹਦੇ ਹਾਂ ਆਨੰਦ ਪਿਆ ਮੇਰੀ ਮਾਏ, ਉਸ ਅਵਸਥਾ ਨੂੰ ਕਹਿੰਦੇ ਨੇ। ਲੇਕਿਨ ਜਿਹੜੀ ਉਹਦੀ ਆਖਰੀ ਪੌੜੀ ਹੈ 40ਵੀਂ ਪੌੜੀ, ਆਨੰਦ ਸੁਣੋ ਵਡਭਾਗੀਓ, ਉਹਨੂੰ ਆਨੰਦ ਸੁਣੋ ਵਡਭਾਗੀਓ ਨਹੀਂ ਕਹਿੰਦੇ ਨੇ, ਉੱਥੇ ਆਨੰਦ ਨਹੀਂ ਉਚਾਰਨ ਕਰਨਾ, ਉੱਥੇ ਅਨਦ ਹੈ, ਅਨਦ ਦਾ ਮਤਲਬ ਅਨਹਦ, ਅਨਹਦ ਨਾਦ ਸੁਣੋ, ਅਨਹਦ ਨਾਦ ਸੁਣੋ ਮੀਨਸ ਸਤਿਗੁਰ ਦੀ ਗੱਲ ਲਗਾਤਾਰ ਸੁਣੋ, ਅਨਦ ਅਨਹਦ ਨਾਦ ਸੁਣਿਆ ਜਾਂਦਾ ਔਰ ਆਨੰਦ ਪਿਆ ਜਾਂਦਾ, ਆਨੰਦ ਮਾਣਿਆ ਜਾਂਦਾ, ਦੋਵੇਂ ਅਵਸਥਾ 'ਚ ਫਰਕ ਹੈ। ਇਸ ਕਰਕੇ ਆਨੰਦ ਸੁਣੋ ਵਡਭਾਗੀਓ 'ਚ ਆਨੰਦ ਉਚਾਰਨ ਕਰਾਂਗੇ, ਲੇਕਿਨ 40ਵੀਂ ਪੌੜੀ ਦਾ ਅਨੰਦ ਸੁਣੋ ਵਡਭਾਗੀਓ 'ਚ ਆਨੰਦ ਉਚਾਰਨ ਨਹੀਂ ਕਰਾਂਗੇ। ਕਾਸ਼ ਇਸ ਤਰ੍ਹਾਂ ਕਰਕੇ ਵਿਚਾਰ ਕੇ ਦੇਖੀਏ ਨਾ, ਬਾਣੀ ਦੇ ਸਮੁੰਦਰ ਅੰਦਰ ਟੁੱਬੀ ਮਾਰਨ ਦਾ ਸਵਾਦ ਆ ਜਾਂਦਾ ਕਿ ਬਾਣੀ ਅੰਦਰ ਕਿਤਨਾ ਖਜ਼ਾਨਾ, ਮੈਂ ਇਗਨੋਰੈਂਟ ਹੀ ਰਿਹਾ, ਮੈਂ ਵਿਚਾਰਿਆ ਹੀ ਨਹੀਂ, ਕਿਤਨੀ ਸਵਾਦਲੀਆਂ ਗੱਲਾਂ ਆਉਂਦੀਆਂ ਨੇ। ਤੇ ਲੋਕਾਂ ਮੈਂ ਸ਼ਬਦ ਰਵਿਆ ਹੈ, ਤੇ ਲੋਕਾਂ ਤੀਨ ਲੋਕੋਂ ਮੈਂ, ਤੀਨ ਲੋਕ ਆਮ ਤੌਰ 'ਤੇ ਅਰਥ ਲਿਖੇ ਹੁੰਦੇ ਨੇ, ਖੰਡ ਪਤਾਲ ਜਾਂ ਪਾਤਾਲ, ਮਈਲ ਔਰ ਇਸ ਧਰਤੀ ਨੂੰ, ਇਸ ਤਰੀਕੇ ਦੇ ਨਾਲ ਸੁਰਗ ਮੱਛ ਪਿਆਲ, ਇਹ ਤੀਨ ਖੰਡ ਕਹੇ ਜਾਂਦੇ ਨੇ, ਤੀਨ ਭਵਨ ਕਹੇ ਜਾਂਦੇ ਨੇ। ਸਤਸੰਗ ਜੀ ਅਸਮਾਨ 'ਤੇ ਰੱਬ ਜੀ ਦਾ ਸ਼ਬਦ ਵੱਜ ਰਿਹਾ ਕਿ ਨਹੀਂ ਵੱਜ ਰਿਹਾ, ਨਰਕਾਂ ਵਿੱਚ ਜਾਂ ਪਤਾਲ ਵਿੱਚ ਵੱਜ ਰਿਹਾ ਕਿ ਨਹੀਂ ਵੱਜ ਰਿਹਾ, ਇਹਦਾ ਮੈਨੂੰ ਨਹੀਂ ਕੋਈ ਫਾਇਦਾ। ਮੇਰੇ ਅੰਦਰ ਇਸ ਦੇਹੀ ਮੈਂ ਖੰਡ ਮੰਡਲ ਪਤਾਲਾ, ਮੇਰੇ ਅੰਦਰ ਤੀਨ ਭਵਨ ਨੇ। ਤਾਂ ਅਸੀਂ ਜਪਜੀ ਸਾਹਿਬ ਵਿੱਚ ਸਮਝਿਆ ਸੀ, ਜਦੋਂ ਮੈਨੂੰ ਧਰਮੀ ਗੱਲਾਂ ਸੁੱਝਦੀਆਂ ਨੇ ਔਰ ਕਿਸੇ ਕਿਸੇ ਜਗ੍ਹਾ ਮੈਂ ਧਰਮੀ ਵਿਵਹਾਰ ਕਰਦਾ ਹਾਂ, ਉਹਨੂੰ ਆਗਾਸ ਕਹਿੰਦੇ ਨੇ, ਉਹਨੂੰ ਮਹੀਲ ਕਹਿੰਦੇ ਨੇ, ਜਲ ਥਲ ਮਹੀਲ। ਇਸ ਤਰੀਕੇ ਦੇ ਨਾਲ ਜਦੋਂ ਮੈਂ ਆਪਣੇ ਸਰੀਰ ਤੋਂ ਇਸ ਤਰ੍ਹਾਂ ਵਿਚਾਰਾਂ ਸਾਂਝੀਆਂ ਕਰਦਾ ਔਰ ਆਪਣੇ ਲੋਕ ਦੇ ਜੀਵਨ ਨੂੰ ਜੀਂਦਾ ਇਹ ਧਰਤੀ ਦਾ, ਪਰ ਮੇਰੇ ਅੰਦਰ ਨਾ ਕਈ ਭੈੜੇ ਖਿਆਲ ਚੱਲਦੇ ਨੇ, ਭੈੜੇ ਖਿਆਲਾਂ ਨੂੰ ਪਤਾਲਾ ਪਤਾਲ ਲੱਖ ਭੈੜੇ ਖਿਆਲ ਕਹਿੰਦੇ ਨੇ, ਭੈੜੇ ਖਿਆਲ ਦੁੱਬੇ ਛੁੱਪੇ ਹੋਏ ਉਹਨਾਂ ਨੂੰ ਪਤਾਲ ਕਹਿੰਦੇ ਨੇ। ਇਹ ਮੇਰੇ ਨਾ ਤਿੰਨੋਂ ਭਵਨਾਂ ਦੇ ਵਿਚਕਾਰ ਮੇਰੇ ਤਿੰਨ ਥਾਟ ਪ੍ਰੋਸੈਸ, ਤਿੰਨ ਡਸ ਨੋਟ ਮੀਨ ਥ੍ਰੀ, ਮੇਰੇ ਰੋਮ ਰੋਮ ਦੇ ਇੱਕ ਇੱਕ ਅੰਗ ਨੂੰ ਇਸ ਸ਼ਬਦ ਵਿੱਚ ਲਵਾਂਗੇ ਤੇ ਉਹ ਲੋਕ ਮੈਂ, ਤਿੰਨਾਂ ਲੋਕਾਂ ਵਿੱਚ ਸ਼ਬਦ ਸਤਿਗੁਰ ਦੀ ਵਿਜ਼ਡਮ ਦਾ ਸੁਨੇਹਾ ਵੱਜ ਪਿਆ। ਆਪ ਗਿਆ ਆਪਾ ਵਾਰ ਦਿੱਤਾ, ਗਿਆ ਐੜੇ ਨੂੰ ਕੰਨਾ ਬਿੰਦੀ ਲਗਾਵਾਂਗੇ, ਮਨ ਮਾਨਿਆ ਮਨ ਮੰਨ ਗਿਆ, ਮਨ ਨੇ ਆਪਾ ਛੱਡ ਦਿੱਤਾ, ਸਾਰੇ ਸੁਰਤ ਮਜ਼ਬੂਤ ਫਿਕਸ ਅਪ ਹੋ ਗਏ।
ਜਦੋਂ ਆਪਾਂ ਨਹੀਂ ਨਾ ਛੱਡਦੇ ਹਾਂ ਤਾਂ ਪਿਓ ਆਪਣੀ ਮਰਜ਼ੀ ਕਰਦਾ, ਮਾਂ ਆਪਣੀ ਮਰਜ਼ੀ ਕਰਦੀ ਹੈ, ਬੱਚੇ ਆਪਣੀ ਮਰਜ਼ੀ ਕਰਦੇ ਨੇ। ਬੱਚੇ ਆਪਾਂ ਨਹੀਂ ਨਾ ਛੋੜਦੇ, ਨਹੀਂ ਮੰਮੀ ਮੇਰਾ ਹੋਮਵਰਕ ਹੈ ਮੈਂ ਨਹੀਂ ਕੁਛ ਕਰ ਸਕਦਾ, ਨਹੀਂ ਮੇਰੇ ਕੋ ਆਪਣੇ ਕਾਮ ਪੇ ਜਾਣਾ ਹੈ, ਪਤਾ ਨਹੀਂ ਕਿਆ ਹਰ ਟਾਈਮ ਪਾਪਾ ਮੰਮੀ ਆਵਾਜ਼ ਮਾਰਤੇ ਰਹਿਤੇ ਹੈ, ਬੋਲਤੇ ਦੇਰ ਸੇ ਨਹੀਂ ਆਉਣਾ ਚਾਹੀਏ, ਦੇਰ ਸੇ ਨਹੀਂ ਆਉਣਾ ਚਾਹੀਏ, ਇੰਨੇ ਸਾਰੇ ਲੋਕ ਹੈ ਉਹ ਵੀ ਤਾਂ ਦੇਰ ਸੇ ਆਤੇ ਹੈ, ਉਨਕੇ ਮੰਮੀ ਪਾਪਾ ਤੋਂ ਮਨਾ ਨਹੀਂ ਕਰਦੇ। ਜਦੋਂ ਬੱਚਾ ਇੰਝ ਕਰਦਾ ਉਹ ਆਪਾਂ ਨਹੀਂ ਛੱਡ ਰਿਹਾ, ਆਪਣੀ ਈਗੋ ਨਹੀਂ ਛੱਡ ਰਿਹਾ, ਜੇ ਮੇਰਾ ਬੜਾ ਮੋਸਟ ਇੰਪੋਰਟੈਂਟ ਕੰਮ ਹੈ, ਬਸ ਇਹ ਆਪਾਂ ਛੱਡਿਆ। ਇਹਨੂੰ ਕਹਿੰਦੇ ਨੇ ਜੇ ਰੱਬ ਨਾਲ ਇੱਕਮਿਕ ਹੋਣਾ ਚਾਹੁੰਦਾ ਤੇਰਾ ਆਪਾ ਛੱਡ ਲੈ, ਆਪ ਗਿਆ ਮਨ ਮਾਨਿਆ, ਸਾਰੀ ਬਾਡੀ 'ਚ ਮਨ ਵੱਲੋਂ ਲਈ ਵਿਜ਼ਡਮ ਦੀਆਂ ਗੂੰਜਾਂ ਪੈ ਗਈਆਂ। ਦੈਟਸ ਹਾਓ ਵਨ ਮਨ ਨੇ ਈਗੋ ਛੱਡੀ, ਸਰੈਂਡਰ ਕੀਤਾ ਅਤੇ ਰੱਬੀ ਇੱਕਮਿਕਤਾ ਦੀ ਅਵਸਥਾ ਬਣੀ। ਅੱਗੇ ਕਹਿੰਦੇ ਨੇ ਆਪਣਾ ਕਾਰਜ ਆਪ ਸਵਾਰੇ, ਆਪ ਇਹ ਉਹੀ ਹੈ ਜਿਸਨੇ ਉੱਪਰ ਕਿਰਪਾ ਅਡੋਪਟ ਕੀਤੀ ਸੀ, ਕੌਣ ਹੈ ਮਨ, ਇਹ ਆਪ ਦਾ ਮਹਿਨਾ ਰੱਬ ਜੀ ਨਹੀਂ ਹੈ। ਕਈ ਜਗ੍ਹਾ ਆਪ, ਕਈ ਜਗ੍ਹਾ ਤੂੰ ਆਏਗਾ, ਔਰ ਕਈ ਜਗ੍ਹਾ ਮਨ ਦੇ ਨੰਨੇ ਨੂੰ ਸਿਆਰੀ ਆਏਗੀ, ਹੈਦਾ ਇਸ ਮਨ ਨੂੰ। ਮਨ ਨੇ ਆਪਣਾ ਕਾਜ ਆਪ ਸਵਾਰਿਆ, ਹੋਰਨ ਕਾਜ ਨਾ ਹੋਈ। ਮਨ ਨੇ ਮੰਨ ਲਿਆ ਕਿ ਮੈਨੂੰ ਕੂੜਿਆਰ ਹਾਂ, ਮੈਨੂੰ ਭੈੜੀ ਮੱਤ ਹੈ, ਮੈਨੂੰ ਸੁਮਤ ਬਖਸ਼ੋ। ਸਤਸੰਗ ਜੀ ਮੇਰੇ ਨਾਲ ਇੰਝ ਵਾਪਰਦੀ ਹੈ, ਕਈ ਲੋਕ ਮੇਰੇ ਕੋਲ ਆ ਕੇ ਬੈਠਦੇ ਨੇ ਪਾਰਕ ਵਿੱਚ, ਫਲਾਈਟ ਵਿੱਚ, ਘਰਾਂ ਵਿੱਚ ਆ ਕੇ ਗੱਲ ਪਤਾ ਹੀ ਕਰਨਗੇ ਡਾਲਰ ਕਾ ਕਿਆ ਦਾਮ ਹੈ, ਮੋਦੀ ਨੇ ਕਿਆ ਕਰ ਦਿਆ, ਮਨਮੋਹਨ ਸਿੰਘ ਨੇ ਕਿਆ ਕੀਆ ਥਾ, ਅੱਜ ਕੱਲ੍ਹ ਪੋਲੀਟਿਕਸ ਕੈਸੇ ਚੱਲ ਰਹੀ ਹੈ, ਫਲਾਣੇ ਨੇ ਇਹ ਕਹਿ ਦਿੱਤਾ, ਉਹਨੇ ਇੰਝ ਕਰ ਦਿੱਤਾ, ਉਹਦੇ ਕਰ ਗੁਰਮਤ ਦੀ ਗੱਲ ਨਹੀਂ ਕਰਨਗੇ। ਕਿਉਂ? ਕਿਉਂਕਿ ਉਹ ਸ਼ੋਅ ਕਰਨਗੇ ਗੁਰਮਤ ਤੋਂ ਪਤਾ ਹੀ ਹੈ। ਮੈਂ ਹੈਰਾਨ ਹੁੰਦਾ, ਮੈਂ ਇੱਕ ਇੱਕ ਸ਼ਬਦ ਦੇ ਕੇ ਹੈਰਾਨ ਹਾਂ, ਜਦੋਂ ਇੱਧਰ ਇੰਨੀ ਜ਼ਬਰਦਸਤ ਕੈਮਿਸਟਰੀ ਹੈ ਔਰ ਇਹ ਬੰਦਾ ਇੱਧਰ ਉਹਦੀਆਂ ਗੱਲਾਂ ਹੀ ਕਰੀ ਜਾ ਰਿਹਾ। ਕਿਉਂ? ਕਿਉਂਕਿ ਓਵਰ ਕੋਨਫੀਡੈਂਸ ਹੈ, ਮੁਝੇ ਤਾਂ ਸਭ ਕੁਛ ਮਾਲੂਮ ਹੀ ਹੈ। ਇਹਨੂੰ ਕਬੀਰ ਸਾਹਿਬ ਕਹਿੰਦੇ ਨੇ ਮਨ ਜਾਣੈ ਸਭ ਬਾਤ, ਵੀਰ ਮਨ ਜਾਣੈ ਸਭ ਸਭ ਕੁਛ ਪਤਾ ਹੈ, ਇਹ ਔਗੁਣ ਹੈ। ਦਿਸ ਇਜ਼ ਦਾ ਮਿਸਟੇਕ, ਦਿਸ ਇਜ਼ ਦਾ ਫਲੋ, ਇਹ ਸਾਰੇ ਔਗੁਣਾਂ ਦੀ ਜੜ ਹੈ। ਹੁਣ ਬਾਅਦ ਵਿੱਚ ਬੈਡ ਡੀਡਸ ਬਾਅਦ ਵਿੱਚ ਹੋਣਗੀਆਂ, ਔਗੁਣ ਬਾਅਦ ਵਿੱਚ ਹੋਣਗੇ। ਸਭ ਤੋਂ ਵੱਡਾ ਕੀ ਹੈ? ਮਨ ਜਾਣੈ ਸਭ ਬਾਤ, ਜਾਣਤ ਹੀ ਔਗੁਣ ਕਰੇ। ਹੁਣ ਇਹ ਮਿਸਟੇਕਸ ਕਮਿਟ ਕਰੇਗਾ, ਕਿਉਂਕਿ ਬਿਗੈਸਟ ਮਿਸਟੇਕ ਕਰ ਬੈਠਾ, ਮੇਰੇ ਕੋ ਸਭ ਕੁਛ ਪਤਾ ਹੈ। ਬਸ ਭੁਲੇਖਾ ਪੈ ਗਿਆ। ਗੁਰੂ ਸਾਹਿਬ ਕਹਿੰਦੇ ਨੇ ਆਪ ਗਿਆ ਮਨ ਮਾਨਿਆ, ਆਪਣਾ ਕਾਰਜ ਸਵਾਰ, ਹੋਰਨ ਕਾਰਜ ਨਾ ਹੋਈ, ਹੋਰ ਦੂਜੀ ਅਕਲਾਂ ਦੇ ਨਾਲ, ਨੌਲੇਜ ਦੇ ਨਾਲ ਕਾਰਜ ਸਿੱਧ ਨਹੀਂ ਹੋਏਗਾ, ਰੱਬ ਨਾਲ ਵਿਆਹ ਨਹੀਂ ਹੋਏਗਾ। ਪੈਸਾ ਕਮਾ ਸਕਦਾ ਹੈ, ਡਿਗਰੀ ਲੈ ਸਕਦਾ ਹੈ, ਦੁਨੀਆਂ ਨੂੰ ਰੋਬ ਝਾੜ ਸਕਦਾ ਹੈ, ਆਪਣਾ ਰਾਜ ਚਲਾ ਸਕਦਾ ਹੈ, ਕੁਛ ਵੀ ਤੂੰ ਕਿੱਥੇ ਵੀ ਜੋ ਵੀ ਪ੍ਰਬੰਧਕੀ 'ਚ ਲੱਗਾ ਹੋਇਆ ਆਪਣੀ ਮਨ ਮਰਜ਼ੀ ਕਰ ਸਕਦਾ ਹੈ। ਲੇਕਿਨ ਅੰਦਰ ਦੀ ਰੱਬ ਦੀ ਇਕਮਿਕਤਾ ਦਾ, ਰੱਬ ਜੀ ਨਾਲ ਅਨੰਤ ਕਾਰਜ ਦਾ ਕਾਰਜ ਨਹੀਂ ਹੋ ਸਕਦਾ। ਹੋਰਨ ਕਾਰਜ ਨਾ ਹੋਈ, ਜਿਤ ਕਾਰਜ ਸਤ ਸੰਤੋਖ ਦਿਆ ਧਰਮ ਹੈ ਗੁਰਮੁਖ ਬੁੱਝੈ ਕੋਈ, ਉਹ ਵਾਲਾ ਕਾਰਜ ਕਰ ਜਿਹਦੇ ਨਾਲ ਸਤ ਸੰਤੋਖ ਦਿਆ ਧਰਮ ਸਿੱਖ ਜਾਈਦਾ ਹੈ। ਸੋ ਦੋਨੋਂ ਦਿਨ ਦੇ ਟੌਪਿਕ ਵਿੱਚ ਪਤਾ ਲੱਗਾ ਰੱਬ ਨਾਲ ਇਕਮਿਕਤਾ ਦਾ ਕਾਰਜ, ਕਿ ਸਾਨੂੰ ਸਤ ਸੰਤੋਖ ਦਿਆ ਧਰਮ, ਸਬਰ, ਨਿਮਰਤਾ, ਸ਼ੀਤਲਤਾ, ਪਿਆਰ, ਮਿਠਾਸ, ਹਮਦਰਦੀ ਦਾ ਜੀਵਨ ਆ ਜਾਂਦਾ ਹੈ। ਜਿਸ ਦਿਨ ਇਹ ਰੱਬੀ ਗੁਣ ਆ ਜਾਂਦੇ ਨੇ ਨਾ, ਇਹਨਾਂ ਰੱਬੀ ਗੁਣਾਂ ਦੇ ਬਿਨਾਂ ਜੋ ਮੇਰਾ ਜੀਵਨ ਸੀ ਨਾ, ਉਹਨੂੰ ਕਹਿੰਦੇ ਨੇ ਵੀਣ ਗੁਣ ਕੀਤੇ ਭਗਤ ਨਾ ਹੋਈ, ਜੇ ਗੁਣ ਕੀਤੇ ਤਾਂ ਭਗਤ ਹੋ ਰਹੀ ਹੈ, ਕਰਨੀ ਨਹੀਂ ਪੈਂਦੀ।
यू हैव टू बी प्रैक्टिकल बीइंग। भक्त हो रही है जित कारज सात संतोख दिया, जित कारज सात संतोख दिया तर मैं गुरमुख बूझे कोई पंत नानक। नानक जी बोल देने सबना का पीर एको सोए। वो पीर कौन बनिया? रब जी। मीन्स रब जी नाल एकमिक मन। मन केड़ा हरजन ऐसा चाहिए जैसा हारी होए। जेड़ा मन हरजन बन गया वो सारे इंद्रिय ज्ञान इंद्रिया का पीर बन गया, पति बन गया, व्याह हो गया, आनंद कारज हो गया। गुरु साहब आनंद कारज सिखा रहे सी रब दे नाल व्याह दा। अल्टीमेटली मेरे मन नू अंदर लिया के विजडम दे के सियाणा सुचज्जा कर दिता और ये मत नू कुचज्जी तो सुचज्जी कर दिता, अवगुणवंती तो सुहागवती कर दिता, गुणवंती कर दिता, इटरनल कर दिता। जिसनो नदर करे सा सुहागण होए। जिसनो दा अर्थ जिसनों मतलब whosoever, जिसकी सो भी नदर करेंगे नहीं ने, जिसनों नदर नदर दे रारे नु स्यारी। जो मन, जो कोई भी मन सतगुर दी मत नु ले लेंदा है, सतगुर दी मत दे नजरिए नु ले लेंदा है, ओ एदे अर्थ ने जिसनों नदर करे सा सुहागण होए। ओ मत लेके जिस जिस इंद्रे ज्ञान इंद्रे नु मत देंदा ओ भी सुहागण हो जांदे ने, वह भी रब जी नाल इकमिक हो जाते हैं। उन्होंने जम नहीं मार सकता, आत्मक मौत नहीं सता सकती। अखा का सूतक खत्म, कन्ना का सूतक खत्म, जेबा का सूतक खत्म, सारी इंद्रिया का नैगेटिव खत्म, रब नाल इकमिक हो गए। सब जगह रब जी की मत आ गई, सारिया सुहागन हो गई। कौन? मेरिया सखियां। उन्होंने कहते हैं गाओ गाओ री दुल्हनी मंगल चारा मेरे ग्रहाए राजा राम पतारा। राजा राम पतार भी निकल आए रब नाल इकमिक मन, सुहागन भी समझ आ गई, दुल्हनी भी समझ आ गई, इंद्रियां भी समझ आ गई, सखियां भी समझ आ गई, गावो गावो कामणी भी समझ आ गई। विवेक विचार का मतलब की करना है ते की नहीं करना, विवेक विचार नाल जीन लग पे। मन जिस जिस अंग दे विजम दी बारिश करता है वो ईच अंग सुहागन हो जाता है, कोई अंग आत्मक मौत नहीं मरता, तृष्णा दे वास भटकना खत्म हो जाती है। इनू वननेस विद गॉड कहते ने। आओ रल के कबीर साहब की पंक्ति गायन करके उस बाद गुरु नानक साहब की विचार दे नाल असी सांझ करते हैं। गावो गावो कामणी विवेक विचार, गावो गावो जीवन बता हमरे कर आया जग जीवन बता। गावो गावो कामणी विवेक विचार। जब गान लग पिए तो की अवस्था बनती है? गाओ गाओरी दिन विचार करद अनेक भूलों गलतियां हो गई। मैं खिमा दा जा चुका, दो तीन कीमती अनाउंसमेंट जरूरी सन मनु किया गया तो मैं आप जी नाल सांझ कर लव। जिहड़ा गुरुद्वारे वालिया ने गुरुद्वारे दे कॉन्सैप्ट नूं अगे वधाउण वास्ते बड़ा सोहना काम किया, डे केयर सेंटर खोलिया बुजुर्गों वास्ते जिहड़े इत्थे सवेरे आके शाम तक गुरुद्वारे दीआं सेवावां, गुरुद्वारे दी थैरेपी तो लैके जो कुछ भी उन्हां नूं उत्थे दिन विच इकलापन लगता से वह सारा दूर करने वास्ते इत्थे सारा पिछे भगत पूरन सिंह पिंगलवाड़े वाले दे नाँ ते एक हॉल खोलिया। मैं इन्हां दी कीती सेवा का धन्यवाद करदा। यह नवा उपराला किया गया। इस तो इलावा टीवी ते सवेरे 6:30 to 7 तक हैथवेज़ के चैनल पर तुसी देखते हो, होर सारे चैनल्स जिहड़े दी लिस्ट तुहानू बाहरों मिल सकती है।
ਕੇਬਲ ਤੇ ਪ੍ਰੋਗਰਾਮ ਸ਼ੁਰੂ ਹੋਇਆ। ਜਿਹੜਾ ਟਾਈਮ ਟੀਵੀ ਚੜ੍ਹਦੀ ਕਲਾ ਤੇ ਸਾਡਾ 9:30 ਪ੍ਰੋਗਰਾਮ ਹੁੰਦਾ ਸੀ, ਉਹ ਅੱਜ ਕੱਲ ਰਾਤ ਨੂੰ 10 ਵਜੇ ਸ਼ੁਰੂ ਹੋਇਆ। ਇਸ ਤੋਂ ਇਲਾਵਾ ਅਸੀਂ 15 ਅਗਸਤ ਨੂੰ ਸੈਮੀਨਾਰ ਕਰ ਰਹੇ ਹਾਂ ਖਾਲਸਾ ਕਾਲਜ ਗੁਰੂ ਗੋਬਿੰਦ ਸਿੰਘ ਜੀ ਕਾਲਜ ਆਫ ਕਾਮਰਸ ਪੀਤਮਪੁਰਾ, ਸ਼ਾਮੀ 3 ਵਜੇ ਤੋਂ 7 ਵਜੇ ਤੱਕ। ਉੱਥੇ ਅਸੀਂ ਸਮਝਾਂਗੇ ਪੈਰਲਲ ਯੂਨੀਵਰਸ ਕੀ ਹੁੰਦਾ ਹੈ, ਇਸ ਉਸ 'ਤੇ ਅਸੀਂ ਬਾਣੀ ਰਾਹੀਂ ਵਿਚਾਰ ਸਾਂਝ ਕਰਕੇ ਸਮਝਣ ਦਾ ਯਤਨ ਕਰਾਂਗੇ। ਪ੍ਰਬੰਧਕ ਸੱਜਣਾ, ਇੱਥੋਂ ਦੇ ਸੇਵਾ ਕਰਨ ਵਾਲੇ ਸਾਰੇ ਸੱਜਣਾਂ ਦਾ ਔਰ ਸਾਰੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਵਿਚਾਰ ਕਰਦੇ ਹਾਂ ਅਨੇਕਾਂ ਭੁੱਲਾਂ ਗਲਤੀਆਂ ਗਈਆਂ ਹੋਣਗੀਆਂ, ਫਿਰ ਵੀ ਮੈਂ ਆਪ ਜੀ ਜਦੋਂ ਵੀ ਮੈਨੂੰ ਹੁਕਮ ਕਰੋਗੇ ਮੈਂ ਆਪ ਜੀ ਦੀ ਸੇਵਾ 'ਚ ਹਾਜ਼ਰ ਹੋਵਾਂਗਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।